ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕੌਰ ਘੁੰਮਣ ਫੈਸਟਿਵ ਸੀਜ਼ਨ ਆ ਚੁੱਕਿਆ ਹੈ ਸਾਰੇ ਜਾਣਦੇ ਨੇ ਵੀ ਤਿਉਹਾਰਾਂ ਦਾ ਮੌਸਮ ਹੋਵੇ ਤੇ ਖਾਸ ਤੌਰ ਤੇ ਸਾਡੀ ਕਮਿਊਨਿਟੀ ਸ਼ਾਪਿੰਗ ਨਾ ਕਰੇ ਇਹ ਕਿੱਦਾਂ ਹੋ ਸਕਦਾ ਸ਼ਾਪਿੰਗ ਦੀ ਜਦੋਂ ਗੱਲ ਹੁੰਦੀ ਆ ਦੀਵਾਲੀ ਹੋਵੇ ਧਨਤੇਰਸ ਹੋਵੇ ਜਾਂ ਫਿਰ ਹੋਵੇ ਕਰਵਾ ਚੌਥ ਜਵੈਲਰੀ ਇੱਕ ਸਭ ਤੋਂ ਵਧੀਆ ਆਪਸ਼ਨ ਹੋ ਸਕਦਾ ਗਿਫਟ ਆਪਣੇ ਆਪ ਨੂੰ ਦੇਣ ਲਈ ਗਿਫਟ ਕਿਸੇ ਹੋਰ ਨੂੰ ਦੇਣ ਲਈ ਸੋ ਵੈਸੇ ਸਾਰੇ ਜਾਣਦੇ ਨੇ ਕਿ ਹੁਣ ਇੰਡੀਆ ਦੇ ਵਿੱਚ ਵੀ ਵਿਆਹਾਂ ਦਾ ਸੀਜ਼ਨ ਆ ਰਿਹਾ ਬਹੁਤ ਸਾਰਿਆਂ ਨੇ ਵਿਆਹ ਵੀ ਅਟੈਂਡ ਕਰਨ ਜਾਣੇ ਨੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਜਵੈਲਰੀ ਦੇ ਬਾਰੇ ਵਿੱਚ ਮਾਸਟਰ ਜਵੈਲਰਸ ਅਸੀਂ ਪਹੁੰਚੇ ਹੋਏ ਹਾਂ ਜੀ ਜਿੱਥੇ ਲੱਗੀ ਹੋਈ ਹੈ ਖਾਸ ਤੌਰ ਤੇ ਫੈਸਟਿਵ ਸੀਜ਼ਨ ਸੇਲ 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 ਅਸੀਂ ਦੇਖਾਂਗੇ ਕਿਹੜੇ ਗਹਿਣਿਆਂ ਦੇ ਉੱਤੇ ਕਿੰਨੀ ਆਫ ਲੱਗੀ ਹੋਈ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਅੱਜ ਪਹੁੰਚੇ ਹੋਏ ਹਾਂ ਅਸੀਂ ਮਾਸਟਰ ਜਵੈਲਰਸ ਜਿੱਥੇ ਕਿ ਜਿਹੜੀ ਵੀ ਆਫ ਲੱਗੀ ਆ ਉਹ ਸਾਡੇ ਹਮਦਰ ਟੀਵੀ ਦੇ ਦਰਸ਼ਕਾਂ ਲਈ ਖਾਸ ਤੌਰ ਤੇ ਹੋਏਗੀ ਤੇ ਹਮਦਰ ਟੀਵੀ ਦਾ ਹਵਾਲਾ ਦੇਣਾ ਨਾ ਭੁੱਲਿਓ ਤੇ ਗੱਲਬਾਤ ਕਰਦੇ ਹਾਂ ਫਿਰ ਕਿਹੜੀਆਂ ਸੇਲਸ ਕਿਹੜੀ ਜਵੈਲਰੀ ਦੇ ਉੱਤੇ ਲੱਗੀਆਂ ਤੇ ਲੇਟੈਸਟ ਡਿਜ਼ਾਈਨਸ ਦੀ ਜਿਹੜੀਆਂ ਜਵੈਲਰੀ ਆਈ ਹੋਈ ਆ ਨਾ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਕਰੀਨਸ਼ਾਟ ਲੈ ਲਿਓ ਕਿਤੇ ਮਿਸ ਨਾ ਕਰ ਦਿਓ ਸੋ ਭਾਜੀ ਪਹੁੰਚੇ ਹੋਏ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫੈਮਲੀਜ਼ ਹੈਗੀਆਂ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੋ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਤੁਸੀਂ ਦੱਸੋ ਫੈਸਟਿਵ ਸੀਜ਼ਨ ਧਮਾਕਾ ਫਿਰ ਤੁਸੀਂ ਸ਼ੁਰੂ ਕਰ ਦਿੱਤਾ ਹੈ ਤੇ ਆਫ ਸ਼ੁਰੂ ਹੋ ਚੁੱਕੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕੀ ਖਾਸ ਹੈ ਇਸ ਵਾਰੀ ਆਫ ਦੇ ਵਿੱਚ ਇਸ ਵਾਰੀ ਆਪਾਂ ਫਿਰ 25% ਗੋਲਡ ਦੇ ਉੱਤੇ ਡਿਸਕਾਊਂਟ ਹੈਗਾ ਜੀ ਗੋਲਡ ਦੀ ਕੋਈ ਵੀ ਜੁਐਲਰੀ ਆਪਾਂ ਲੈਂਦੇ ਹੈਗੇ ਤਾਂ 25% ਡਿਸਕਾਊਂਟ ਹੈ ਜੀ ਸਾਰੇ ਕਸਟਮਰਾਂ ਨੂੰ ਤੇ ਇਸ ਤੋਂ ਇਲਾਵਾ ਡਾਇਮੰਡ ਦੀ ਕੋਈ ਵੀ ਜੁਐਲਰੀ ਹੈਗੀ ਹੈ ਜੀ ਆਪਾਂ 75% ਆਫ ਕਰਦੇ ਹਾਂ ਜੀ ਸਰਟਨ ਅਮਾਊਂਟ 'ਤੇ ਕਰਵਾ ਚੌਥ 'ਤੇ ਦੀਵਾਲੀ 'ਤੇ ਹੁਣ ਆਪਣਾ ਫੈਸਟੀਵਲ ਸੀਜ਼ਨ ਆ ਰਿਹਾ ਜੀ ਸਰਟਨ ਅਮਾਊਂਟ 'ਤੇ ਆਪਾਂ ਸਰਟਨ ਗਿਫਟ ਫਿਰ ਦੁਬਾਰਾ ਲੈ ਕੇ ਆ ਰਹੇ ਹਾਂ ਜੀ ਕੋਈ ਵੀ ਬੰਦਾ ਹੈਗਾ ਜਿਵੇਂ ਆਪਾਂ ਪਹਿਲਾਂ ਵੱਡੀਆਂ ਸਰਟਨ ਅਮਾਊਂਟ ਸੀਗੀਆਂ 5000 ਸੀਗੀ 3000 ਸੀਗੀ ਪਰ ਇਸ ਵਾਰ ਆਪਾਂ ਨਵਾਂ ਚੀਜ਼ ਲੈ ਕੇ ਆਏ ਹਾਂ ਕਿ 500 ਦੀ ਸ਼ੋਪਿੰਗ 'ਤੇ ਵੀ 1000 ਦੀ ਸ਼ੋਪਿੰਗ 'ਤੇ ਵੀ 1500 ਦੀ ਸ਼ੋਪਿੰਗ 'ਤੇ ਵੀ 2000 ਦੀ ਸ਼ੋਪਿੰਗ 'ਤੇ ਵੀ ਕੋਈ ਵੀ ਸ਼ੋਪਿੰਗ ਹੋਊਗੀ ਇੱਕ ਸਰਟਨ ਆਪਾਂ ਗਿਫਟ ਕਸਟਮਰਾਂ ਨੂੰ ਦੇਵਾਂਗੇ ਮਤਲਬ ਕਿ $500 ਦੀ ਸ਼ੋਪਿੰਗ ਦੇ ਨਾਲ ਹੀ ਤੁਹਾਨੂੰ ਕੋਈ ਨਾ ਕੋਈ ਗਿਫਟ ਜ਼ਰੂਰ ਮਿਲੂਗਾ ਪੱਕਾ ਹੈ ਡੈਫੀਨੇਟਲੀ ਹਾਂਜੀ ਕੋਈ ਵੀ ਹੁਣ ਮੰਨ ਲਓ ਤੁਸੀਂ ਕਰਵਾ ਚੌਥ ਆਪਣਿਆਂ ਨਾਲ ਸੈਲੀਬ੍ਰੇਟ ਕਰਦੇ ਹੋ ਦੀਵਾਲੀ ਆਪਣਿਆਂ ਨਾਲ ਸੈਲੀਬ੍ਰੇਟ ਕਰਦੇ ਹੋ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਵੀ ਸੈਲੀਬ੍ਰੇਟ ਕਰੋ ਠੀਕ ਹੈ ਜੀ ਉਹ ਅਸੀਂ ਇੱਕ ਨਵੀਂ ਟੈਗਲਾਈਨ ਲੈ ਕੇ ਆਏ ਹਾਂ ਲੈਟਸ ਸੈਲੀਬ੍ਰੇਟ ਦੀਵਾਲੀ ਟੁਗੈਦਰ ਹੈ ਨਾ ਜੀ ਹਾਂਜੀ ਤੁਸੀਂ ਆਪਣਿਆਂ ਨੂੰ ਗਿਫਟ ਕਰਦੇ ਹੋ ਅਤੇ ਅਸੀਂ ਤੁਹਾਨੂੰ ਨਾਲ ਜਿੰਨੇ ਕੁ ਅਸੀਂ ਜੋਗੇ ਹੈਗੇ ਹਾਂ ਜੀ ਥੋੜ੍ਹਾ ਮੋਟਾ ਅਸੀਂ ਵੀ ਤੁਹਾਨੂੰ ਗਿਫਟ ਕਰਾਂਗੇ ਮਤਲਬ ਟੂ ਗਿਵ ਬੈਕ ਟੂ ਯੂਰ ਸੋਸਾਇਟੀ ਟੂ ਯੂਰ ਕਸਟਮਰ ਸੋ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਗੱਲਬਾਤ ਕਰਾਂਗੇ ਸੋ ਨਾਲ ਡਿਜ਼ਾਈਨਸ ਵੀ ਅਸੀਂ ਜ਼ਰੂਰ ਦਿਖਾਵਾਂਗੇ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਡਿਜ਼ਾਈਨਸ ਦੀ ਵੇਟ ਰਹਿੰਦੀ ਹੈ ਕਿ ਵੀ ਇਸ ਵਾਰੀ ਕੀ ਖਾਸ ਡਿਜ਼ਾਈਨਸ ਆਇਆ ਸੋ ਇੱਕ ਇੱਕ ਕਰਕੇ ਆਪਾਂ ਸ਼ੁਰੂ ਕਰਦੇ ਕਿਉਂਕਿ ਮੈਂ ਫੀਮੇਲ ਸੈਕਸ਼ਨ ਜਾਂ ਤੁਸੀਂ ਮੈਨੂੰ ਵੈਸੇ ਹਮੇਸ਼ਾ ਕਹੋਗੇ ਵੀ ਤਰਨ ਹਮੇਸ਼ਾ ਫੀਮੇਲ ਸੈਕਸ਼ਨ ਤੋਂ ਸ਼ੁਰੂ ਕਰਦੀ ਹੈ ਕਿ ਖੁਦ ਆਪ ਪਹਿਲਾਂ ਡਿਜ਼ਾਈਨਸ ਦੇਖਦੀ ਆ ਬਾਅਦ ਚੋਂ ਮੇਲ ਸੈਕਸ਼ਨ ਤੇ ਆਉਂਦੀ ਆ ਪਰ ਕੀ ਕਰਾਂ ਵੀ ਮੇਰੀ ਵੀ ਅਟਰੈਕਸ਼ਨ ਹੁੰਦੀ ਹੈ ਥੋੜੀ ਜਿਹੀ ਤੇ ਕੁੜੀਆਂ ਤੇ ਜਵੈਲਰੀ ਦਾ ਤਾਂ ਵੈਸੇ ਹੀ ਕੰਬੀਨੇਸ਼ਨ ਬਹੁਤ ਹੁੰਦਾ ਆ ਸੋ ਅੱਜ ਆਪਾਂ ਫੀਮੇਲਸ ਦੀ ਥੋੜੇ ਬਹੁਤ ਆਪਾਂ ਨਾਲ ਦੀ ਨਾਲ ਆਈਟਮ ਜ਼ਰੂਰ ਦਿਖਾਵਾਂਗੇ ਆਪਾਂ ਕਿੱਥੋਂ ਸ਼ੁਰੂਆਤ ਕਰਨ ਲੱਗੇ ਆ ਆਪਾਂ ਗੋਲਡ ਦੇ ਸੈੱਟ ਜਿਹੜੇ ਅੱਜ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਜਿਵੇਂ 100 ਗ੍ਰਾਮ ਦਾ ਕੋਈ 150 ਗ੍ਰਾਮ ਦਾ ਕੋਈ 200 ਗ੍ਰਾਮ ਦੀ ਰੇਂਜ 'ਚ ਵੀ ਜਿਹਨੂੰ ਆਪਾਂ ਕਹਿੰਦੇ ਕਾਲਰ ਸੈੱਟ ਕਹਿੰਦੇ ਹੈਗੇ ਹਾਂ ਚੋਕਰ ਸੈੱਟ ਕਹਿੰਦੇ ਹਾਂ ਇਸ ਕਰਵਾ ਚੌਥ 'ਤੇ ਜਾਂ ਇਸ ਦੀਵਾਲੀ 'ਤੇ ਤੁਸੀਂ ਆਪਣੇ ਵਾਈਫ ਵਾਸਤੇ ਬਹੁਤ ਸੋਹਣੇ ਸੋਹਣੇ ਕੀ ਕਹਿੰਦੇ ਹੁੰਦੇ ਆ ਸੈੱਟ ਲੈ ਕੇ ਜਾ ਰਹੇ ਹੋ ਮੇਰਾ ਪਰਸਨਲ ਫੇਵਰੇਟ ਸੈੱਟ ਹੈਗਾ ਜੀ ਦੇਖੋ ਮੈਂ ਵੀ ਹੁਣ ਨਵਾਂ ਹੀ ਵਿਆਹ ਕਰਾਇਆ ਹੈਗਾ ਨਾ ਜੀ ਅਤੇ ਹਾਂਜੀ ਜਿਵੇਂ ਮੇਰਾ ਪਰਸਨਲ ਕੀ ਕਹਿੰਦੇ ਹੁੰਦੇ ਫੇਵਰੇਟ ਸੈੱਟ ਇਹ ਹੈਗਾ ਨਾ ਜੀ ਤੁਸੀਂ ਕਿਸੇ ਨੂੰ ਵੀ ਕੀ ਕਹਿੰਦੇ ਹੁੰਦੇ ਆ ਕਿਸੇ ਵੀ ਓਕੇਜਨ 'ਤੇ ਆਪਾਂ ਇਹ ਸੈੱਟ ਪਾ ਸਕਦੇ ਹੈਗੇ ਜੀ ਨਾ ਹੀ ਕੋਈ ਵਾਲਾ ਓਵਰ ਲੱਗਦਾ ਹੈਗਾ ਤੁਹਾਡਾ ਮਤਲਬ ਇੱਕ ਸੈਟਲ ਸੈੱਟ ਹੈਗਾ ਜੀ ਤੇ ਗਲੇ ਦੇ ਵਿੱਚ ਬਹੁਤ ਹੀ ਸੋਹਣਾ ਕੀ ਕਹਿੰਦੇ ਹੁੰਦੇ ਆ ਸੈੱਟ ਲੱਗੇਗਾ ਜੀ ਵੈਸੇ ਭਾਜੀ ਤੁਹਾਨੂੰ ਹੁਣ ਵਿਆਹ ਤੋਂ ਬਾਅਦ ਇਹ ਚੀਜ਼ਾਂ ਬਹੁਤ ਪਤਾ ਲੱਗਣ ਲੱਗ ਗਈਆਂ ਵੀ ਕੰਫਰਟੇਬਲ ਜਵੈਲਰੀ ਦੇ ਵਿੱਚ ਕੀ ਹੋ ਸਕਦਾ ਆ ਸੋ ਤੁਸੀਂ ਨਾਲ ਦੀ ਨਾਲ ਆਪਦੇ ਡਿਜ਼ਾਈਨਸ ਵੀ ਦਿਖਾ ਰਹੇ ਹੋ ਸੋ ਵਾਕਈ ਬਹੁਤ ਸੋਹਣਾ ਡਿਜ਼ਾਈਨਸ ਆ ਮੇਰੇ ਦਰਸ਼ਕ ਦੇਖ ਸਕਦੇ ਨੇ ਮੇਰੇ ਕੈਮਰਾਮੈਨ ਨੇ ਵੀ ਤੁਹਾਨੂੰ ਬਿਲਕੁਲ ਕਲੋਜ਼ ਲੁੱਕ ਦਿੱਤੀ ਆ ਜਿਹੜਾ ਡਿਜ਼ਾਈਨ ਹੈਗਾ ਉਹ ਵੀ ਬਹੁਤ ਪਿਆਰਾ ਐਂਡ ਉਤੋਂ ਦੀ ਤੁਹਾਡਾ ਜਿਹੜਾ ਗੱਲ ਪੂਰਾ ਭਰਵਾਂ ਹੋਏਗਾ ਸੋ ਨਾਲ ਕਸਟਮਰਸ ਦੇ ਬਾਰੇ ਥੋੜੀ ਜੀ ਗੱਲਬਾਤ ਜ਼ਰੂਰ ਕਰ ਲਈਏ ਥੋੜੀ ਜੀ ਸ਼ਾਪਿੰਗ ਕਰਕੇ ਗਏ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਭ ਠੀਕ ਆ ਤੁਸੀਂ ਸੋ ਅੱਜ ਸ਼ਾਪਿੰਗ ਕਰਕੇ ਆਏ ਹੋ ਤੁਸੀਂ ਹਾਂਜੀ ਮੇਰੇ ਡਾਟਰ ਦਾ ਬਰਥਡੇ ਆਉਣ ਵਾਲਾ ਸੀ ਸੋ ਇਹਦੇ ਲਈ ਅਸੀਂ ਗਿਫਟ ਲੈਣ ਆਏ ਸੀਗੇ ਕੰਗ੍ਰੈਚੁਲੇਸ਼ਨਸ ਜੀ ਹੈਪੀ ਬਰਥਡੇ ਇਨ ਐਡਵਾਂਸ ਤੁਹਾਨੂੰ ਤੇ ਫਿਰ ਕਿਵੇਂ ਦੇ ਲੱਗੇ ਤੁਹਾਨੂੰ ਡਿਜ਼ਾਈਨਸ ਵਗੈਰਾ ਬਹੁਤ ਵਧੀਆ ਲੱਗਾ ਜੀ ਫਰਸਟ ਟਾਈਮ ਆਈ ਵਾਸ ਹੇਅਰ ਇਹਨਾਂ ਨੇ ਬਹੁਤ ਵਧੀਆ ਸਰਵਿਸ ਦਿੱਤੀ ਤੇ ਅਸੀਂ ਮੇਰੇ ਡਾਟਰ ਲਈ ਚੇਨ ਲੈ ਕੇ ਚੱਲੇ ਆ ਤੇ ਥੋੜੀ ਹੋਰ ਵੀ ਸ਼ਾਪਿੰਗ ਕੀਤੀ ਸੋ ਸੈਟੀਸਫਾਈ ਹੋ ਡਿਜ਼ਾਈਨਸ ਨਾਲ ਨਾਲ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਹਾਂਜੀ 100% ਸੈਟੀਸਫਾਈ ਹਾਂਜੀ ਕਸਟਮਰਸ ਨੂੰ ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਜੀ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੇ ਜਿਹੜੀ ਇਹਨਾਂ ਦੇ ਸੇਲ ਲੱਗੀ ਉਹਦਾ ਲਾਭ ਲੈਣਾ ਚਾਹੀਦਾ ਸਾਰਿਆਂ ਨੂੰ ਤੇ ਹਮਮਾ ਕੇ ਪਹੁੰਚੋ ਤੇ ਸਰਵਿਸ ਬਹੁਤ ਵਧੀਆ ਥੈਂਕ ਯੂ ਸੋ ਮਚ ਪਰਫੈਕਟ ਥੈਂਕ ਯੂ ਜੀ ਸੋ ਆਪਾਂ ਗੱਲਬਾਤ ਕਰ ਰਹੇ ਹਾਂ ਸੋ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਹਮਦਰ ਟੀਵੀ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਨੇ ਜੀ ਸਾਰਿਆਂ ਨੂੰ ਪ੍ਰੇਮ ਭਰੀ ਸਤਿ
और गुड मॉर्निंग। ਮੈਨੂੰ ਲੱਗਦਾ ਫੇਸ ਦੀ ਸਮਾਈਲ ਹੀ ਦੱਸ ਰਹੀ ਹੈ ਕਿ ਇਸ ਵਕਤ ਦੀਵਾਲੀ ਆ ਚੁੱਕੀ ਆ, ਫੈਸਟਿਵ ਸੀਜ਼ਨ ਆ ਚੁੱਕਿਆ, ਕਸਟਮਰਸ ਖੁਸ਼ ਹੋ ਕੇ ਜਾ ਰਹੇ ਨੇ ਅਤੇ ਡਿਜ਼ਾਈਨਸ ਵੀ ਨਵੇਂ ਨਵੇਂ ਆ ਰਹੇ ਨੇ ਅਤੇ ਨਾਲ ਸਾਡੇ ਦਰਸ਼ਕਾਂ ਦੇ ਲਈ ਜਿਹੜੇ ਆ ਉਹ ਕੁਛ ਔਫਸ ਵੀ ਲੈ ਕੇ ਆ ਰਹੇ ਨੇ। ਸੋ ਇਸ ਵਾਰੀ ਆਪਾਂ ਦੀਵਾਲੀ ਸਪੈਸ਼ਲ ਕਰ ਰਹੇ ਹਾਂ, ਫੈਸਟਿਵ ਸਪੈਸ਼ਲ, ਇਨਫੈਕਟ ਕਰਵਾ ਚੌਥ ਆ ਰਿਹਾ, ਧਨਤੇਰਾ ਸਾਰੀ ਆ ਅਤੇ ਆਪਣੀ ਕਮਿਊਨਿਟੀ ਕੁਛ ਨਵਾਂ ਲੈਣ 'ਚ ਜਵੈਲਰੀ ਖਾਸ ਤੌਰ 'ਤੇ ਵੀ ਬਹੁਤ ਜ਼ਿਆਦਾ ਵਿਸ਼ਵਾਸ ਕਰਦੀ ਆ। ਸੋ ਇਸ ਵਾਰੀ ਆਪਾਂ ਕੀ ਖਾਸ ਕਰ ਰਹੇ, ਮੈਨੂੰ ਭਾਅ ਜੀ ਨੇ ਤਾਂ ਦੱਸਿਆ ਆਪਣੀ ਜਿਹੜੀ ਔਫ ਲੱਗ ਰਹੀ ਆ, ਪਰ ਖਾਸ ਇਸ ਵਾਰੀ ਆਪਾਂ ਕੀ ਲੈ ਕੇ ਆਏ? ਡਿਜ਼ਾਇਨਸ ਅਸੀਂ ਔਲਵੇਜ਼ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪੂਰੇ ਵਾਗੜ ਦੇ ਵਿੱਚ ਜਿੱਥੇ ਵੀ ਕੋਈ ਜਿਊਲਰੀ ਨਵੇਂ ਡਿਜ਼ਾਇਨ ਸਾਨੂੰ ਲੱਗਦੇ ਆ, ਕਿਉਂਕਿ ਸਾਡੇ ਇੱਕ ਟੀਮ ਵਰਕ ਹੈ ਜੀ, ਉਹ 'ਚੋਂ ਇੱਕ ਬੰਦਾ ਸਿਰਫ ਡਿਜ਼ਾਇਨ ਸਿਲੈਕਟ ਕਰਨ ਦੇ ਉੱਤੇ ਲੱਗਿਆ ਹੋਇਆ ਹੁੰਦਾ ਵੀ ਪੂਰੇ ਵਾਗੜ ਦੇ ਵਿੱਚ ਕੋਈ ਬੈਂਗਲਸ ਦਾ ਕੋਈ ਨਵਾਂ ਡਿਜ਼ਾਇਨ ਚੱਲਦਾ, ਕੋਈ ਸੈੱਟਸ ਦਾ ਕੋਈ ਨਵਾਂ ਡਿਜ਼ਾਇਨ ਚੱਲਦਾ, ਇੱਕ ਬੰਦਾ ਔਲਵੇਜ਼ ਇੰਟਰਨੈਟ ਦੇ ਉੱਤੇ ਬੈਠਾ ਰਹਿੰਦਾ, ਸਿਰਫ ਉਹਦੀ ਉਹਦਾ ਕੰਮ ਸਿਰਫ ਸਿਲੈਕਸ਼ਨ ਕਰਨਾ ਹੀ ਹੈ, ਦੂਸਰਾ ਹੋਰ ਕੰਮ ਹੀ ਕੋਈ ਨਹੀਂ। ਔਰ ਤੁਸੀਂ ਜਿੰਨੇ ਵਾਰ ਵੀ ਆਉਣੇ ਹੈਗੇ ਆ ਤੁਸੀਂ ਫਾਈਂਡ ਆਊਟ ਕਰਦੇ ਆ ਵੀ ਨਵੇਂ ਨਵੇਂ ਡਿਜ਼ਾਇਨ ਮਤਲਬ ਵੱਖੋ ਵੱਖਰੇ ਵੇਟ ਦੇ ਵਿੱਚ ਔਰ ਵੱਖੋ ਵੱਖਰੀ ਡਿਜ਼ਾਇਨਿੰਗ ਬ੍ਰੈਕਟ ਦੇ ਵਿੱਚ ਤੁਹਾਨੂੰ ਹਮੇਸ਼ਾ ਦੇਖਣ ਨੂੰ ਮਿਲਦੇ ਆ, ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹ ਵੀ ਦੇਖਣਗੇ ਵੀ ਔਲਵੇਜ਼ ਜਦੋਂ ਵੀ ਤੁਸੀਂ ਵਿਜ਼ਿਟ ਕਰਦੇ ਹੋ ਤੁਹਾਨੂੰ ਕੁਛ ਨਾ ਕੁਛ ਨਵਾਂ ਦੇਖਣ ਨੂੰ ਜ਼ਰੂਰ ਮਿਲਦਾ ਜੀ। ਬਿਲਕੁਲ, ਇਸ ਵਾਰੀ ਤੁਹਾਡਾ ਥੀਮ ਰੱਖਿਆ ਗਿਆ ਕਿ ਲੈਟਸ ਸੈਲੀਬ੍ਰੇਟ ਦੀਵਾਲੀ ਟੁਗੈਦਰ, ਸੋ ਇਹਦਾ ਕੋਈ ਖਾਸ ਰੀਜ਼ਨ ਕੀ ਰਿਹਾ? ਇਸ ਦਾ ਖਾਸ ਰੀਜ਼ਨ ਆ ਵੀ ਹੁਣ ਜੋ ਇਸ ਵੇਲੇ ਐਜ਼ ਏ ਕਮਿਊਨਿਟੀ ਮੈਂਬਰ ਮੈਂ ਇਹ ਸੋਚਦਾ ਵੀ ਪਰਮਾਤਮਾ ਨੇ ਹੁਣ ਕਾਰੋਬਾਰ ਤੌਰ 'ਤੇ ਅਸਟੈਬਲਿਸ਼ ਕਰ ਦਿੱਤਾ, ਤੋ ਜੋ ਅਸੀਂ ਰੀਬੈਕ ਕਰ ਸਕਦੇ ਹਾਂ ਆਪਦੀ ਕਮਿਊਨਿਟੀ ਨੂੰ, ਉਹ ਜੋ ਜੋ ਸੇਲਸ ਹੈਗੀਆਂ ਜਾਂ ਪ੍ਰਮੋਸ਼ਨਸ ਹੈਗੀਆਂ ਦੇ ਆਰ ਐਕਚੁਲੀ ਦਾ ਪਾਰਟ ਆਫ ਦੈਟ ਕਨਸੈਪਟ। ਇਸ ਤੋਂ ਬਿਨਾਂ ਅਸੀਂ ਹਰ ਇੱਕ ਬੰਦੇ ਨੂੰ ਜੋ ਵੀ ਪਰਚੇਜ਼ਿੰਗ ਕਰੂਗਾ ਟੈਲ ਦੀਵਾਲੀ ਕੋਈ ਨਾ ਕੋਈ ਗਿਫਟ ਲਾਜ਼ਮੀ ਦੇਵਾਂਗੇ ਜੀ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਮਾ ਕੇ ਇੱਥੇ ਪਹੁੰਚੋ ਤਾਂ ਕਿ ਤੁਸੀਂ ਸਾਰੀ ਸੇਲ ਦਾ ਔਰ ਸਾਰੇ ਡਿਜ਼ਾਇਨ ਦਾ ਮਜ਼ਾ ਲੈ ਸਕੋ। ਸੋ ਨਾਲ ਦੀ ਨਾਲ ਮੈਂ ਮੇਲ ਸੈਕਸ਼ਨ 'ਚ ਵੀ ਪਹੁੰਚੀ ਹੋਈ ਹਾਂ, ਇੱਕ ਫੀਮੇਲ ਡਿਜ਼ਾਇਨ ਦਿਖਾਇਆ ਅਤੇ ਹੁਣ ਮੈਂ ਤੁਹਾਨੂੰ ਇੱਕ ਮੇਲ ਡਿਜ਼ਾਇਨ ਦਿਖਾਊਂ, ਅੱਜ ਕੁਛ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਿਵੇਂ ਚੇਨਸ ਪਿੱਛੇ ਤੁਹਾਡੇ ਬਹੁਤ ਕਾਫੀ ਲੱਗੀਆਂ ਹੋਈਆਂ ਨੇ, ਜੇ ਮੈਂ ਤੁਹਾਡੀ ਪਰਸਨਲ ਚੋਇਸ ਪੁੱਛਾਂ ਵੀ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਵਧੀਆ ਕਿਹੜੀ ਲੱਗਦੀ ਹੈ ਤਾਂ ਫਿਰ ਕਿਹੜੀ ਕਹੋਗੇ? ਐਕਚੁਲੀ ਤਾਂ ਥਿੰਕ ਜਿਹੜੀ ਚੇਨਸ ਹੈਗੇ, ਚੇਨਸ ਬਾਰੇ ਦੋ ਕਨਸੈਪਟ ਨੇ। ਹੁਣ ਜੇ ਮੈਂ ਆਪਦੀ ਏਜ਼ ਦੀ ਗੱਲ ਕਰਦਾ ਤਾਂ ਮੇਰੀ ਏਜ਼ ਦੇ ਬੰਦੇ ਆਲਮੋਸਟ ਸਿੰਪਲ ਚੇਨਸ ਬਾਰੇ ਖੁਸ਼ ਆ। ਮੈਂ ਜੇ ਮੈਂ ਗੱਲ ਕਰਦਾ ਯੰਗਸਟਰ ਦੀ ਤਾਂ ਯੰਗਸਟਰ ਮੋਸਟਲੀ ਜੋ ਸਟਾਈਲਿਸ਼ ਚੇਨਸ ਹੈਗੀਆਂ ਉਹ ਯਾਨੀ ਵੱਧ ਲਾਈਕ ਕਰਦੇ ਆ, ਔਰ ਵਿਦ ਇਨ 1 or 2 weeks ਦੀਵਾਲੀ ਤੋਂ ਪਹਿਲਾਂ ਸਾਡੀ ਇੱਕ ਨਵੀਂ ਸ਼ਿਪਮੈਂਟ ਵੀ ਆ ਰਹੀ ਹੈ ਜਿਹਦੇ ਵਿੱਚ ਨਵੀਆਂ ਆਕਸੀਡਾਈਜ਼ ਔਰ ਜੋ ਆਈਸ ਕੱਟ ਚੇਨਸ ਹੈਗੀਆਂ ਗੋਲਡ ਔਰ ਡਾਇਮੰਡ ਦੇ ਵਿੱਚ ਉਹ ਸਪੈਸ਼ਲ ਯਾਨੀ ਆ ਰਹੀਆਂ ਹੈਗੀਆਂ, ਤਾਂ ਜੋ ਸਾਡੇ ਕੋਲ ਇਸ ਵੇਲੇ ਹਾਜ਼ਰ ਹੈ ਜੋ ਅਵੇਲੇਬਲ ਹੈਗਾ। ਸੋ ਲੈਟ ਮੀ ਸ਼ੋ ਯੂ। ਸੋ ਮੇਰੇ ਦਰਸ਼ਕ ਦੇਖ ਸਕਦੇ ਨੇ ਜੇਕਰ ਤੁਸੀਂ ਚੇਨ, ਕਿਉਂਕਿ ਅੱਜ ਕੱਲ੍ਹ ਬਹੁਤ ਟ੍ਰੈਂਡ ਹੈ ਚੇਨਸ, ਚਾਹੇ ਮੁੰਡੇ ਹੋਣ ਚਾਹੇ ਅਸੀਂ ਦੇਖੀਏ ਥੋੜ੍ਹਾ ਜਿਹਾ ਆਪਾਂ ਏਜਡ ਪਰਸਨ ਵੀ ਹੋਈਏ, ਹਰ ਤਰ੍ਹਾਂ ਦੇ ਲੋਕ ਜਿਹੜੇ ਆ ਚੇਨਸ ਮਤਲਬ ਲਾਈਕ ਕਰਦੇ ਆ। ਉੱਤੋਂ ਦੀ ਕਿਸੇ ਨੂੰ ਗਿਫਟ ਕਰਨਾ ਹੋਵੇ, ਤੁਸੀਂ ਆਪਣੇ ਹਸਬੈਂਡ ਨੂੰ ਗਿਫਟ ਕਰਨਾ ਚਾਹੁੰਦੇ ਹੋ ਜਾਂ ਜੋ ਆਹ ਚੇਨ ਹੈ ਇਹਨੂੰ ਕਹਿੰਦੇ ਮੋਨਾਕੋ ਚੇਨਸ ਹੈ ਜੀ। ਹਾਂਜੀ, ਇਹ ਯੰਗਸਟਰ ਦੀ ਫਸਟ ਚੋਇਸ ਹੈਗੀ ਹੈ। ਇਹਦਾ ਵੇਟ ਆਲਮੋਸਟ 5.5 ਤੋਲੇ ਤੋਂ ਸਟਾਰਟ ਆ ਔਰ 7 ਤੋਲੇ ਤੱਕ ਇਹ ਚੈਨ ਬਣਦੀ ਹੈ ਜੀ। ਜੇ ਥੋੜ੍ਹੀ ਜਿਹੀ ਸੋਲਿਡ ਤੁਸੀਂ ਗੱਲ ਕਰਦੇ ਹੋ ਫਿਰ ਜਿਵੇਂ ਆ ਆਹ 9.25 ਤੋਲੇ ਦੀ ਚੈਨ ਆਪਣੇ ਕੋਲ ਤਿਆਰ ਪਈ ਹੈ। ਇਸ ਤੋਂ ਬਿਨਾਂ ਔਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਡਿਜ਼ਾਇਨ ਕੋਈ ਕਸਟਮਰ ਲੈ ਕੇ ਆਉਂਦਾ ਤਾਂ ਅਸੀਂ ਵਿਦ ਇਨ 4 to 5 weeks ਉਹ ਔਡਰ ਬਣਾ ਕੇ ਦੇ ਦਾਂਗੇ। ਮਤਲਬ ਆਪਣੇ ਡਿਜ਼ਾਈਨਸ ਲੈ ਕੇ ਵੀ ਬਣਵਾ ਸਕਦੇ ਹੋ, ਵੈਸੇ ਤੁਹਾਡੇ ਡਿਜ਼ਾਈਨਸ ਤਾਂ ਅਨਬੀਟੇਬਲ ਹੁੰਦੇ ਹੀ ਹੈਗੇ ਆ, ਸੋ ਇਹਦੀ ਕੋਈ ਸ਼ੱਕ ਨਹੀਂ ਹੈਗਾ। ਔਲਵੇਜ਼ ਕੋਸ਼ਿਸ਼ ਇਹੀ ਹੁੰਦੀ ਆ ਵੀ ਐਜ਼ ਏ ਡਿਜ਼ਾਇਨਿੰਗ ਕੋਈ ਕਸਟਮਰ ਸਾਡੇ ਕੋਲ ਡਿਜ਼ਾਇਨ ਨਾ ਲੈ ਕੇ ਆਵੇ, ਸਾਡਾ ਡਿਜ਼ਾਇਨ ਦੂਜਿਆਂ ਕੋਲ ਲੈ ਕੇ ਜਾਵੇ ਭਾਅ ਜੀ ਇਹਦੇ ਨਾਲ ਦੀ ਕੋਈ ਚੀਜ਼ ਹੈ ਤੁਹਾਡੇ ਕੋਲ, ਸਾਡਾ ਕਨਸੈਪਟ ਯਾਨੀ ਮੋਸਟਲੀ ਇਹ ਹੈ। ਮੈਮ ਕੋਲ ਵੀ ਮੈਂ ਜਾਊਂਗੀ ਜ਼ਰੂਰ, ਤੁਸੀਂ ਗੱਲਬਾਤ ਬਹੁਤ ਘੱਟ ਕਰਦੇ ਹੋ ਪਰ ਮੈਂ ਤੁਹਾਡੇ ਕੋਲ ਆ ਰਹੀ ਹਾਂ। ਸੋ ਬੀਇੰਗ ਅ ਫੀਮੇਲ ਹੈ ਨਾ, ਜਵੈਲਰੀ ਨਾਲ ਔਰਤਾਂ ਨੂੰ ਬਹੁਤ ਪਿਆਰ ਹੁੰਦਾ ਆ, ਸੋ ਖਾਸ ਤੌਰ 'ਤੇ ਆਪਣੀ ਇੱਥੇ ਕੀ ਕਲੈਕਸ਼ਨ ਹੈਗੀ ਆ ਅਤੇ ਸਭ ਤੋਂ ਵਧੀਆ ਜੇ ਆਪਾਂ ਗੱਲ ਕਰੀਏ ਜਵੈਲਰੀ ਦੇ ਵਿੱਚ ਤਾਂ ਕੀ ਸਪੈਸ਼ਲਿਟੀ ਆ? ਆਪਣੇ ਕੋਲ ਸੈੱਟ ਹੈ ਜੀ ਸੋਨੇ ਬੈਂਗਲਸ, ਕੁਛ ਵੀ ਲੈ ਸਕਦੇ ਤੁਸੀਂ ਲੇਡੀਜ਼ ਲਈ, ਡਾਇਮੰਡ ਰਿੰਗਸ, ਡਾਇਮੰਡ ਸੈੱਟ, ਡਾਇਮੰਡ ਦਾ ਰਿੰਗਸ ਹੋ ਗਈਆਂ, ਸਟੱਡ ਹੋ ਗਏ, ਸਭ ਕੁਛ। ਮੈਂ ਪਿੱਛੇ ਜੇ ਹੁਣ ਇੱਕ ਹੈਵੀ ਸੈੱਟ ਵੀ ਅਸੀਂ ਦੇਖਿਆ ਅਤੇ ਮੇਲ ਸੈਕਸ਼ਨ ਦੇ ਵਿੱਚ ਅਸੀਂ ਚੇਨਸ ਵੀ ਦੇਖੀਆਂ ਨੇ, ਮੈਂ ਚਾਹਾਂਗੀ ਕਿ ਜਿਵੇਂ ਥੋੜ੍ਹੇ ਜਿਹੇ ਲਾਈਟ ਸੈੱਟਸ ਦੇ ਵਿੱਚ ਜਿਹੜਾ ਤੁਹਾਡਾ ਫੇਵਰੇਟ ਹੋਵੇ ਕੋਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਇਓ, ਤਾਂ ਕਿ ਸਾਡੇ ਦਰਸ਼ਕ ਜਿਹੜੇ ਆ ਇਸ ਵਕਤ ਦੇਖ ਰਹੇ ਨੇ ਅਤੇ ਸਾਰਿਆਂ ਦੀ ਮੈਂ ਇੱਕ ਇੱਕ ਕਰਕੇ ਚੋਇਸ ਜ਼ਰੂਰ ਲੈ ਰਹੀ ਹਾਂ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਸੈੱਟਸ ਹੈਗੇ ਆ, ਤੁਸੀਂ ਥੋੜ੍ਹਾ ਲਾਈਟ ਦੇ ਵਿੱਚ ਕੋਈ ਸੈੱਟ ਲੈਣਾ ਚਾਹੁੰਦੇ ਹੋ, ਆਪਦੀ ਡਰੈਸ ਨਾਲ ਮੈਚ ਕਰਦਾ ਜਾਂ ਨੋਰਮਲ ਤੁਸੀਂ ਵੇਅਰ ਕਰਦਾ ਲੈਣਾ ਚਾਹੁੰਦੇ ਹੋ, ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੈੱਟ ਹੈ, ਦੇਖ ਸਕਦੇ ਹੋ ਕਿਆ ਬਾਤ ਹੈ, ਮਤਲਬ ਕਿ ਆਹ ਤਾਂ ਬਿਲਕੁਲ ਡਿਫਰੈਂਟ ਡਿਜ਼ਾਇਨ ਹੈ, ਕਿਆ ਬਾਤ ਹੈ। ਹਰ ਏਜ ਗਰੁੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਖੋ ਡਿਜ਼ਾਇਨਸ ਹੈਗੇ ਨੇ ਜਿਹੜੇ ਤੁਸੀਂ ਜਿਹੜਾ ਮਰਜ਼ੀ ਡਿਜ਼ਾਇਨ ਸਿਲੈਕਟ ਕਰ ਸਕਦੇ ਹੋ, ਇੰਨੇ ਸੋਹਣੇ ਡਿਜ਼ਾਇਨਸ ਨੇ ਕਹੋਗੇ ਆਹ ਲਵਾਂ ਉਹ ਲਵਾਂ ਜਾਂ ਸਾਰੀ ਲੈ ਲਵਾਂ, ਸੋ ਬੜੇ ਪਿਆਰੇ ਤੁਹਾਡੇ ਡਿਜ਼ਾਇਨਸ ਨੇ ਪਹਿਲਾਂ ਤਾਂ, ਉਹਦੇ ਲਈ ਬਹੁਤ ਬਹੁਤ ਮੁਬਾਰਕਬਾਦ। ਸੋ ਇਹਦੇ 'ਤੇ ਵੀ ਮਤਲਬ ਔਫ ਹੈਗੀ ਆ, ਕੋਈ ਸਿਲੈਕਟ
ਸੋ ਭਾਅ ਜੀ ਥੋੜ੍ਹੀ ਜਿਹੀ ਆਪਾਂ ਇਹਦੇ ਬਾਰੇ ਵਿੱਚ ਜਾਣਕਾਰੀ ਲਈਏ। ਮੈਂ ਨਾਲ ਦੀ ਨਾਲ ਸੈੱਟਸ ਵੀ ਦੇਖੇ ਆ, ਗੱਲਬਾਤ ਕੀਤੀ ਆ, ਸੋ ਹੋਰ ਅੱਜ ਆਪਾਂ ਕੀ ਨਵਾਂ ਸਾਡੇ ਦਰਸ਼ਕਾਂ ਨੂੰ ਨਾਲ ਦਿਖਾ ਰਹੇ ਹਾਂ ਅਤੇ ਥੋੜ੍ਹੇ ਜਿਹੇ ਸਾਨੂੰ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ। ਆਹ ਸੈੱਟਸ ਹੈਗੇ, ਇਹ ਛੋਟੇ ਲਾਈਟ ਵੇਟ ਸੈੱਟ ਆ ਜੀ, ਜਿਵੇਂ ਅਸੀਂ ਕਿਵੇਂ ਗਿਫਟ ਕਰਦੇ ਹਾਂ ਫੋਰ ਐਗਜ਼ਾਮਪਲ, ਇਹ ਡਰੈਸਿਸ ਦੇ ਨਾਲ, ਸੂਟਾਂ ਦੇ ਨਾਲ, ਜਿਵੇਂ ਮਤਲਬ ਕੋਈ ਮੈਰਿਜ ਦਾ ਫੰਕਸ਼ਨ ਹੈ, ਅਗਲੇ ਨੇ ਆਪਦੀ ਨਨਾਣ ਨੂੰ, ਕਿਸੇ ਨੇ ਆਪਦੀ ਜਠਾਣੀ ਨੂੰ, ਦਰਾਣੀ ਨੂੰ ਦੇਣੇ ਆ, ਹੈ ਨਾ, ਤਾਂ ਇੱਦਾਂ ਸੈੱਟ ਇਹ ਜਿਹੜੀ ਆਮ ਤੌਰ 'ਤੇ ਆਪਣੇ ਜੋ ਕਮਿਊਨਿਟੀ ਹੈ ਉਹਦੇ ਵਿੱਚ ਚੱਲਦੇ ਆ। ਇਸ ਤੋਂ ਬਿਨਾਂ ਆਪਣੇ ਕੋਲ ਡਾਇਮੰਡ ਦੇ ਵਿੱਚ ਸ਼ੂਜ਼ ਕਲੈਕਸ਼ਨ ਹੈਗੀ ਆ, ਉਹਦੇ ਉੱਤੇ ਫਲੈਟ 70% ਔਫ ਹੈ ਜੀ। ਡਾਇਮੰਡ ਦੀ ਤੁਸੀਂ ਕੋਈ ਵੀ 25 ਪਰਚੇਜ਼ ਕਰਦੇ ਹੋ, ਚਾਹੇ ਤੁਸੀਂ ਰਿੰਗ ਲੈ ਲਓ, ਚਾਹੇ ਤੁਸੀਂ ਪੈਂਡੈਂਟ ਸੈੱਟ ਲੈ ਲਓ, ਚਾਹੇ ਤੁਸੀਂ ਟੋਪਸ ਲੈ ਲਓ, ਚਾਹੇ ਤੁਸੀਂ ਕੋਈ ਬੈਂਡ ਲੈ ਲਓ, ਚਾਹੇ ਤੁਸੀਂ ਸਟੱਡ ਲੈ ਲਓ, ਚਾਹੇ ਤੁਸੀਂ ਵਾੜੀਆਂ ਲੈ ਲਓ, ਉਹ 'ਤੇ ਫਲੈਟ ਜੋ ਵੀ ਪ੍ਰਾਈਜ਼ ਹੈ ਫਲੈਟ 70% ਔਫ ਹੈ ਜੀ। ਸੋ ਮੇਰੇ ਦਰਸ਼ਕ ਦੇਖ ਸਕਦੇ ਨੇ, ਮੇਰੇ ਕੈਮਰਾਮੈਨ ਵੈਸੇ ਹੀ ਬਹੁਤ ਸਿਆਣੇ ਨੇ, ਤੁਹਾਨੂੰ ਉਸ ਡਾਇਮੰਡ ਦੀ ਜਵੈਲਰੀ ਹੀ ਇਸ ਵਕਤ ਦਿਖਾ ਰਹੇ ਨੇ। ਸੋ ਜਿੰਨੀ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਲੈਕਸ਼ਨ ਲੇਟੈਸਟ ਟੂ ਲੇਟੈਸਟ ਕਲੈਕਸ਼ਨਸ ਹੈਗੇ ਆ, ਬਹੁਤ ਸੋਹਣੇ ਸੋਹਣੇ ਡਿਜ਼ਾਇਨਸ ਨੇ। ਹੁਣ ਇੰਡੀਆ 'ਚ ਵਿਆਹ ਦਾ ਸੀਜ਼ਨ ਵੀ ਆ ਚੁੱਕਿਆ ਵਾ, ਕਈਆਂ ਨੂੰ ਇਹ ਹੁੰਦਾ ਕਿ ਸੋਹਣੀ ਜਿਹੀ ਜਵੈਲਰੀ ਲੈ ਕੇ ਪਾ ਕੇ ਉੱਥੇ ਜਾਈਏ, ਪਤਾ ਲੱਗੇ ਵੀ ਸਾਹਮਣੇ ਦੂਰੋਂ ਵੀ ਹਾਂ ਕੈਨੇਡਾ ਵਾਲਿਆਂ ਨੇ ਕੈਨੇਡਾ ਵਾਲੀ ਜਵੈਲਰੀ ਪਾਈ ਹੋਈ ਆ। ਐਕਚੁਅਲੀ ਥਿੰਗ ਇਜ਼ ਦੈਟ ਜੋ ਪਹਿਲਾਂ ਕਨਸੈਪਟ ਸੀ ਲੋਕਾਂ ਦਾ, ਪਹਿਲਾਂ ਅਸੀਂ ਅਗਲਾ ਕਹਿੰਦਾ ਸੀ ਇੰਡੀਆ ਜਾਣਾ ਤਾਂ ਉੱਥੋਂ ਹੀ ਜਾ ਕੇ ਜਵੈਲਰੀ ਲਵਾਂਗੇ, ਬਟ ਹੁਣ ਉਹ ਟ੍ਰੈਂਡ ਬਿਲਕੁਲ ਚੇਂਜ ਹੋ ਚੁੱਕਿਆ ਜੀ। ਉਹ ਜਿੰਨੇ ਵੀ ਕਸਟਮਰ ਨੇ ਉਹ ਅੱਜ ਕੱਲ੍ਹ ਮੈਂ ਕਹਿੰਦਾ ਸੂਝਵਾਨ ਕਸਟਮਰ ਨੇ, ਪੜ੍ਹੇ ਲਿਖੇ ਨੇ ਔਰ ਇਹ ਗੱਲ ਨੂੰ ਸਮਝਦੇ ਨੇ ਵੀ ਜੋ ਕੁਆਲਿਟੀ ਆਫ ਡਾਇਮੰਡ ਜਵੈਲਰੀ ਔਰ ਜੋ ਕੁਆਲਿਟੀ ਆਫ ਗੋਲਡ ਇਸ ਕੰਟਰੀ ਮਿਲ ਸਕਦਾ ਉਹ ਹੋਰ ਕਿਤੇ ਵੀ ਨਹੀਂ ਮਿਲ ਸਕਦਾ। ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਸਾਡਾ ਸਾਰੇ ਸਾਰਾ ਗੋਲਡ ਡੁਬਈ ਤੋਂ ਇੰਪੋਰਟ ਹੋ ਕੇ ਆਉਂਦਾ ਜੀ, ਔਰ ਡੁਬਈ ਜੋ ਇੱਕ ਮੰਨਿਆ ਹੋਇਆ ਹੱਬ ਬਣ ਚੁੱਕਿਆ ਗੋਲਡ ਵਾਸਤੇ, ਔਰ ਜੋ ਟੋਰਾਂਟੋ ਦਾ ਏਰੀਆ ਹੈ ਇਹ ਦਿਸ ਇਜ਼ ਦਾ ਹੱਬ ਆਫ ਦਾ ਇੰਟਾਇਰ ਜੀ ਟੀ ਏ, ਔਰ ਜੋ ਜੋ ਡਿਜ਼ਾਇਨ ਤੁਹਾਨੂੰ ਇੱਥੇ ਮਿਲ ਸਕਦੇ ਆ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਮਿਲ ਸਕਦੇ, ਔਰ ਜੋ ਜੋ ਡਿਜ਼ਾਇਨ ਪੂਰੇ ਵਰਲਡ 'ਚ ਕਿਤੇ ਵੀ ਬਣਦੇ ਹੈਗੇ ਆ, ਸਾਡਾ ਕਨਸੈਪਟ ਇਹੀ ਹੁੰਦਾ ਅਸੀਂ ਨਵੇਂ ਨਵੇਂ ਡਿਜ਼ਾਇਨ ਕਸਟਮਰ ਨੂੰ ਲਿਆ ਕੇ ਸਾਹਮਣੇ ਕਰੀਏ ਤਾਂ ਕਿ ਸਾਡੇ ਡਿਜ਼ਾਇਨ ਦੇਖ ਕੇ ਦੂਜੇ ਬੰਦੇ ਇੰਸਪਾਇਰ ਹੋਣ, ਤਾਂ ਕਿ ਜੋ ਸਾਡਾ ਜੋ ਮੇਨ ਕਨਸੈਪਟ ਜੋ ਹੈ ਇਟਸ ਨੋਟ ਅਬਾਊਟ ਵਨ ਟਾਈਮ ਡੀਲ। ਫਸਟ ਆਫ ਆਲ ਮੈਂ ਕਲੀਅਰ ਕਰਦੇ ਹਾਂ, ਸਾਡਾ ਕੋਈ ਇਹ ਨਹੀਂ ਅਸੀਂ ਕੋਈ ਚੈਨ ਦੇ ਵੇਚਣੀ ਆ ਜਾਂ ਕੋਈ ਸੈੱਟ ਵੇਚਣਾ ਜਾਂ ਕੋਈ ਇਹ ਚੀਜ਼ ਵੇਚਣੀ ਆ। ਇੱਕ ਸਿਆਣੇ ਬੰਦੇ ਦੀ ਕਹਾਵਤ ਹੁੰਦੀ ਵੀ ਸਾਡਾ ਯਾਰ ਪੀੜ੍ਹੀ ਦਰ ਪੀੜ੍ਹੀ ਸਾਹਨੇ ਬੰਦਿਆਂ ਨਾਲ ਵਾਹ ਸਾਡੇ ਜੱਦੀ ਸੁਨਿਆਰੇ ਨੇ। ਸੋ ਮੇਰਾ ਕਨਸੈਪਟ ਇਹੀ ਆ, ਸਾਡੇ ਬਜ਼ੁਰਗਾਂ ਨੇ ਸਾਨੂੰ ਜੋ ਚੀਜ਼ ਸਿਖਾਈ ਆ ਜੀ, ਬੱਚਿਆਂ ਨੂੰ ਮੈਂ ਉਹ ਚੀਜ਼ ਰਿਵੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਪੁੱਤ ਹਰੇਕ ਨਾਲ ਮਿੱਠਾ ਬੋਲੋ, ਪ੍ਰੇਮ ਨਾਲ ਗੱਲਬਾਤ ਕਰੋ, ਜਿਹੜੇ ਕਸਟਮਰ ਆ ਇਹ ਵੀ ਸਾਡੇ ਫੈਮਿਲੀ ਮੈਂਬਰ ਨੇ, ਠੀਕ ਆ ਨਾ, ਔਲ ਵੀ ਸਾਡੇ ਕੋਲ ਆਉਣ ਔਰ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਜੁੜਨ। ਸੋ ਨਾਲ ਦੀ ਨਾਲ ਥੋੜ੍ਹਾ ਜਿਹਾ ਆਪਾਂ ਰਿੰਗਸ ਵੱਲ ਵੀ ਥੋੜ੍ਹਾ ਜਿਹਾ ਧਿਆਨ ਜ਼ਰੂਰ ਦਈਏ ਕਿ ਜੇਕਰ ਆਪਾਂ ਥੋੜ੍ਹੇ ਜਿਹੇ ਰਿੰਗਸ ਦਿਖਾ ਸਕੀਏ ਅਤੇ ਕੋਈ ਗਿਫਟ ਕਰਨਾ ਚਾਹੁੰਦਾ ਜਾਂ ਤੁਸੀਂ ਕੁਛ ਦਿਖਾਉਣਾ ਚਾਹੁੰਦੇ ਹੋ। ਹੁਣ ਭੈਣ ਜੀ ਕਰਵਾ ਚੌਥ ਆ ਰਿਹਾ ਔਰ ਕਰਵਾ ਚੌਥ ਦੇ ਉੱਤੇ ਮੇਨ ਮੋਸਟਲੀ ਇੱਕ ਕੜੇ ਹੋਏ ਲੇਡੀਜ਼ ਵਾਸਤੇ ਔਰ ਜੋ ਰਿੰਗਸ ਹੈਗੀਆਂ ਔਰ ਜੋ ਸਟੱਡ ਹੈਗੇ ਆ ਇਹਦੀ ਮੇਨ ਕਲੈਕਸ਼ਨ ਹੁੰਦੀ ਆ ਔਰ ਉਹ ਮੇਨ ਜ਼ਿਆਦਾ ਸਭ ਤੋਂ ਵੱਧ ਡਿਮਾਂਡ ਇਹਨਾਂ ਚੀਜ਼ਾਂ ਦੀ ਹੁੰਦੀ ਹੈ। ਸੋ ਲੈਟ ਮੀ ਸ਼ੋਅ ਯੂ ਦਾ ਰਿੰਗਸ। ਸੋ ਇਹਦੇ 'ਚ ਆਪਣੇ ਕੋਲ ਨਵੇਂ ਡਿਜ਼ਾਇਨ ਦੇ ਵਿੱਚ ਬਿਲਕੁਲ ਰਾਊਂਡ ਰਿੰਗਸ ਹੈਗੀਆਂ ਜੀ। ਜੇ ਭਾਅ ਜੀ ਪਲੀਜ਼ ਮਾੜਾ ਕਲੋਜ਼ ਕਰ ਦੇਣ ਤਾਂ ਆਈ ਵਿਲ ਸ਼ੋਅ ਯੂ। ਇਹਦੇ ਵਿੱਚ ਭੈਣ ਜੀ ਇਹ ਜੀ ਹੈ ਵੀ ਇਹਦਾ ਸਾਈਜ਼ਿੰਗ ਦਾ ਕੋਈ ਮਸਲਾ ਨਹੀਂ ਹੈ, ਕਿਸੇ ਵੀ ਹਾਂ ਅਡਜਸਟੇਬਲ ਆ, ਕਿਸੇ ਫਿੰਗਰ ਦੇ ਵਿੱਚ ਇਹ ਚੀਜ਼ ਪਾਈ ਜਾ ਸਕਦੀ ਆ, ਠੀਕ। ਔਰ ਮੇਰਾ ਖਿਆਲ ਆ ਵੀ ਜਿਹੜੀ ਇੱਦਾਂ ਦੇ ਰਿੰਗਸ ਹੈਗੀਆਂ ਹਰ ਕੇਸ ਲਾਈਕ ਕਰਨਗੀਆਂ, ਚਾਹੇ ਉਹ ਯੰਗ ਨੇ ਚਾਹੇ ਉਹ ਵੱਡੇ ਨੇ। ਕਾਫੀ ਚਿਰ ਦੀ ਜੁੜੀ ਹੋਈ ਆ ਤੇ ਪਹਿਲਾਂ ਬਜ਼ੁਰਗ ਤੋਂ ਵੀ ਸੁਣਦੇ ਆ ਵੀ ਚਲੋ ਸੋਨਾ ਜਿੰਨਾ ਲਿਆ ਜਾਵੇ ਤੇ ਵਧੀਆ ਹੀ ਚੀਜ਼ ਹੁੰਦੀ ਆ, ਤੁਹਾਡੇ ਔਖੇ ਟਾਈਮ ਵੀ ਕੰਮ। ਸ਼ੋਰ ਸ਼ੋਰ, ਇਹ ਤੁਹਾਡੀ ਗੱਲ 200% ਮੈਂ ਐਗਰੀ ਹੈਗਾ ਜੀ। ਅਸੀਂ ਕੋਈ ਮੈਂ ਕਿਸੇ ਬ੍ਰਾਂਡ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜੇ ਅਸੀਂ ਕੋਈ ਵੀ ਚੀਜ਼ ਬ੍ਰਾਂਡ ਲੈਂਦੇ ਹੈਗੇ ਹਾਂ ਅਸੀਂ ਪੈਸੇ ਲਾ ਤੇ ਤਾਂ ਉਹ ਪੈਸੇ ਉਦੋਂ ਤੁਹਾਨੂੰ ਰਿਟਰਨ ਨਹੀਂ ਮਿਲਦੇ। ਗੋਲਡ ਇਜ਼ ਦਾ ਓਨਲੀ ਥਿੰਗ, ਤੁਸੀਂ ਪਾਉਣੇ ਵੀ ਆ, ਬਣਾਉਣੇ ਵੀ ਆ, ਔਰ ਇਨ ਰੇਨੀ ਡੇਜ਼ ਤੁਹਾਡਾ ਕੋਈ ਸਮੱਸਿਆ ਆ ਜਾਂਦੀ ਆ, ਕੋਈ ਤੁਸੀਂ ਕੋਈ ਵੈਸੇ ਕੋਈ ਸੌਦਾ ਮਾਰਨਾ, ਉਸ ਵੇਲੇ ਤੁਹਾਡੇ ਉਹ ਚੀਜ਼ ਕੰਮ ਆਉਂਦੀ ਆ, ਫਿਰ ਤੁਸੀਂ ਚੇਤੇ ਕਰਦੇ ਵਾਕਈ ਅਸੀਂ ਉਸ ਵੇਲੇ ਜੋ ਡਿਸੀਜਨ ਲਿਆ ਸੀ ਗੋਲਡ ਲੈਣ ਦਾ। ਪਰ ਮੇਰੀ ਕੋਸ਼ਿਸ਼ ਆਲਵੇਜ਼ ਇਹ ਹੁੰਦੀ ਹੈ ਵੀ ਜੇ ਕੋਈ ਬੰਦਾ ਇਕੱਲੇ ਕਾਂਟੇ ਲੈਣ ਆਇਆ ਤਾਂ ਮੈਂ ਉਹਨੂੰ ਚੈਨ ਦੇ ਕੇ ਨਾਲ ਤੋਰਨਾ, ਜੇ ਕੋਈ ਚੈਨ ਲੈਣ ਆਇਆ ਭੈਣ ਜੀ ਨਾਲ ਲੋਕਟ ਵੀ ਲੈ ਲਓ। ਉਹ ਸਾਡਾ ਇਹ ਨਹੀਂ ਕਰ ਵੀ ਸਾਨੂੰ ਇਹ ਹੁੰਦਾ ਵੀ ਅਸੀਂ ਕੋਈ ਚੀਜ਼ ਦੀ ਸੇਲ ਵੱਧ ਕਰਨੀ ਆ, ਅਸੀਂ ਕਹਿੰਦੇ ਹੌਲੀ ਹੌਲੀ ਕਰਕੇ ਜੋ ਮੈਂ ਸਿੱਖਿਆ ਵੀ ਸਾਡੇ ਨਾਲ ਜੋ ਜੋ ਕਸਟਮਰ ਨਾਲ ਜੁੜੇ ਹੋਏ ਆ ਦੇ ਆਰ ਜਸਟ ਲਾਈਕ ਅਵਰ ਫੈਮਿਲੀ ਮੈਂਬਰਸ। ਆਲਵੇਜ਼ ਮੈਂ ਇਹ ਗੱਲ ਕਹਿੰਦਾ ਔਰ ਮੈਂ ਮੂੰਹ ਨਹੀਂ ਕਹਿ ਰਿਹਾ, ਇਹ ਗੱਲ ਮੈਂ ਦਿਲੋਂ ਕਹਿੰਦਾ ਜੀ। ਜਦੋਂ ਉਦਾਂ ਤਾਂ ਕੋਈ ਟਾਈਮ ਆਊਗਾ ਤਾਂ ਉਹ ਕਸਟਮਰ ਸਾਨੂੰ ਚੇਤੇ ਕਰਦਾ ਵਾਕਿਆ ਭਾਅ ਜੀ ਨੇ ਇਹ ਮੇਰੇ ਨਾਲ ਜੋ ਗੱਲ ਦੱਸੀ ਸੀ ਮੈਨੂੰ ਉਸ ਵੇਲੇ 2 ਸਾਲ ਪਹਿਲਾਂ ਜਾਂ ਕੋਈ 3 ਸਾਲ ਪਹਿਲਾਂ, ਤਾਂ ਮਤਲਬ ਇਹ ਗੱਲ ਬਿਲਕੁਲ ਸਹੀ ਸੀ। ਔਰ ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ, ਜਦੋਂ ਬੈਕ ਹੋਮ ਅਸੀਂ ਕੰਮ ਕਰਦੇ ਹੁੰਦੇ ਸੀ ਸਾਡੇ ਚਾਚਾ 'ਚ ਲੱਗਦੇ ਹੁੰਦੇ ਸੀ ਅਤੇ ਉਹ ਮੈਨੂੰ ਕੜਾ ਬਾਨਾ ਦੇ ਗਏ, ਕਹਿੰਦੇ ਮੇਚਾ
ਜਾਣੀ ਲੈ ਲਿਆ ਕਹਿੰਦੇ ਯਾਰ 3 ਤੋਲਿਆਂ ਦਾ ਕੱਟਾ ਬਣਾ ਦੇ ਉਹ ਮੈਨੂੰ ਪਤਾ ਸੀ ਬੰਦੇ ਯਾਨੀ ਪੈਸੇ ਵਾਲੇ ਆ ਤਾਂ ਮੈਂ 5 ਤੋਲਿਆਂ ਦਾ ਕੱਟਾ ਬਣਾ ਕੇ ਅਤੇ ਘਰ ਦੇ ਆਉਂਦਾ ਅਤੇ ਆ ਕੇ ਨਾਲੇ ਤਾਂ ਮੇਰੇ ਨਾਲ ਗੁੱਸੇ ਹੋਏ ਕਹਿੰਦਾ ਮੈਂ ਤੁਹਾਨੂੰ 3 ਤੋਲੇ ਕਿਹਾ ਸੀ ਉਹ ਤੋਂ 5 ਬਣਾ ਦੇ ਮੈਂ ਕਿਹਾ ਚਾਚਾ ਜੀ ਕੋਈ ਗੱਲ ਨਹੀਂ ਪੈਸੇ ਆ ਜਾਣਗੇ ਤੁਸੀਂ ਕਹਿੰਦਾ 4 ਲੱਖ ਪੈਸੇ ਆਏ ਅਤੇ ਹੌਲੀ ਹੌਲੀ ਗੋਲਡ ਦੀ ਪ੍ਰਾਈਜ਼ ਵਧੀ ਗਈ ਜੀ ਫਿਰ 4-5 ਸਾਲਾਂ ਬਾਅਦ ਫਿਰ ਆਏ ਕਹਿੰਦਾ ਯਾਰ ਤੁਸੀਂ 5 ਤਾਂ ਬਣਾਇਆ ਸੀ 10 ਦਾ ਕਿਉਂ ਬਣਾਇਆ ਉਸੇ ਬੰਦੇ ਫਿਰ ਵਾਰਡਿੰਗ ਸੀ ਅਤੇ ਉਹ ਸੇਮ ਚੀਜ਼ ਮੈਂ ਹੁਣ ਕਹਿੰਦਾ ਵੀ ਜੋ ਇਸ ਵੇਲੇ ਪੂਰੇ ਵਰਲਡ ਦੇ ਉੱਤੇ ਅਸੀਂ ਰੀਅਲ ਸਟੇਟ ਦੇਖ ਰਹੇ ਹਾਂ ਰੀਅਲ ਸਟੇਟ 'ਤੇ ਬੜਾ ਪ੍ਰੈਸ਼ਰ ਆ ਔਰ ਆਲਵੇਜ਼ 4-5 ਸਾਲਾਂ 'ਚ ਮੇਰਾ ਖਿਆਲ ਇਹ ਜੋ ਜੇ ਬੈਂਕ ਦੀਆਂ ਦਰਾਂ ਨਹੀਂ ਘੱਟਦੀਆਂ ਇਹ ਪ੍ਰੈਸ਼ਰ ਬਾਕਰਾ ਰਹਿਣਾ ਤੁਸੀਂ ਇਨਵੈਸਟ ਕਰੋ ਗੋਲਡ ਵਿੱਚ ਜੋ ਵਰਲਡ ਦੇ ਵਿੱਚ ਇਸ ਵੇਲੇ ਹਾਲਾਤ ਬਣ ਰਹੇ ਨੇ ਜਿਹੜੇ ਜਿਹੜੇ ਬੰਦੇ ਕੋਲ ਗੋਲਡ ਹੋਊਗਾ ਔਰ ਮੈਨੂੰ ਔਨਲਾਈਨ ਦੇਖ ਰਹੇ ਨੇ ਮੇਰੀ ਗੱਲ ਨੋਟ ਕਰ ਲੈਣ ਠੀਕ ਹੈ ਗੱਲ ਉਹ ਬੰਦਾ ਅਮੀਰ ਹੋਊਗਾ ਜਿਹੜਾ ਬੰਦਾ ਗੋਲਡ ਵੱਧ ਪਰਚੇਜ਼ ਕਰ ਲਊਗਾ ਨੋਟ ਦਿਸ ਪੁਆਇੰਟ ਠੀਕ ਹੈ ਗੱਲ ਉਹ ਇਹ ਗੱਲ ਮੈਂ ਤਾਵੇ ਨਾਲ ਕਹਿ ਰਿਹਾ ਮੇਰੇ ਜੋ ਤਜਰਬਾ ਜੀ ਉਸ ਤਰੀਕੇ ਨਾਲ ਕਹਿ ਰਹੇ ਔਰ ਤੁਹਾਨੂੰ ਕਦੇ ਘਾਟਾ ਨਹੀਂ ਪਊਗਾ ਦਿਸ ਇਜ਼ ਮਾਈ ਪ੍ਰੋਮਿਸ ਟੂ ਯੂ ਮਤਲਬ ਤਜਰਬਾ ਤੁਹਾਡਾ ਬੋਲਦਾ ਆਫ ਕੋਰਸ ਤੇ ਆ ਤਾਂ ਆਪਾਂ ਰਿੰਗਸ ਦਿਖਾਈਆਂ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਸੀ ਕਿ ਕੜੇ ਵਗੈਰਾ ਥੋੜਾ ਜਿਹਾ ਉਹ ਵੀ ਦਿਖਾ ਦਈਏ ਸਰੋ ਸੋ ਆਪਾਂ ਦੂਜੇ ਸੈਕਸ਼ਨ ਦੇ ਵਿੱਚ ਚੱਲਦੇ ਹਾਂ ਨਾਲ ਦੀ ਨਾਲ ਆਪਾਂ ਕੜੇ ਦੇਖਦੇ ਹਾਂ ਅਤੇ ਕਸਟਮਰਸ ਵੀ ਆ ਰਹੇ ਨੇ ਨਾਲ ਉਹਨਾਂ ਨਾਲ ਵੀ ਡੀਲ ਕਰਨਾ ਜ਼ਰੂਰੀ ਹੈਗਾ ਆ ਸੋ ਆਮ ਤੌਰ 'ਤੇ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਵੀ ਜਦੋਂ ਜਵੈਲਰੀ ਦੀ ਗੱਲ ਹੁੰਦੀ ਆ ਕਿ ਇੱਕ ਤਾਂ ਆਪਾਂ ਡਿਜ਼ਾਈਨਸ ਤਾਂ ਨਵੇਂ ਬਾਏ ਕਰ ਹੀ ਰਹੇ ਹਾਂ ਆਪਾਂ ਇੱਕ ਰਿਲੇਸ਼ਨਸ ਵੀ ਬਿਲਡ ਕਰਦੇ ਹਾਂ ਹੈ ਨਾ ਸੋ ਇੱਥੇ ਜਦੋਂ ਆਉਂਦੇ ਇੱਕ ਤਾਂ ਤੁਹਾਨੂੰ ਜੈਨੂਅਨ ਸਲਾਹ ਦਿੱਤੀ ਜਾਂਦੀ ਆ ਵਧੀਆ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਆ ਲੇਟੈਸਟ ਡਿਜ਼ਾਈਨਸ 'ਤੇ ਤੁਹਾਨੂੰ ਜਵੈਲਰੀ ਦਿਖਾਈ ਜਾਂਦੀ ਆ ਅਤੇ ਇਸ ਤੋਂ ਸੋਹਣੀ ਡੀਲ ਤੁਹਾਨੂੰ ਹੋਰ ਕਿੱਥੇ ਮਿਲ ਸਕਦੀ ਆ ਸਾਰਾ ਕੁਝ ਕੰਬੀਨੇਸ਼ਨ ਹੈ ਹੁਣ ਮੇਰੇ ਵੀਰਾਂ ਨੂੰ ਮੈਂ ਇਹ ਗੱਲ ਹੁਣ ਕਹਿਣਾ ਵੀ ਆਪਣੇ ਕੋਲ ਇੱਦਾਂ ਦੇ ਕੜੇ ਆ ਜੀ ਇਹ ਫਿਨਜ਼ਾ ਕੰਪਨੀ ਹੈ ਜੀ ਦੁਬਈ ਦੀ ਇਹ ਵੀ ਜੀ ਸਾਰੇ ਇਹਦੇ ਸਾਰੇ ਆਪਾਂ ਕਹਿ ਦਿੰਦੇ ਹਾਂ 22 ਕੈਰੇਟ ਗੋਲਡ ਹੈ ਉਹਦੇ ਨਾਲ ਉਹਦਾ ਪ੍ਰਾਈਜ਼ ਟੈਗ ਸੋਰੀ ਉਹਦਾ ਜਿਹੜਾ ਵੀਰ ਦਾ ਟੈਗ ਆ ਨਾਲ ਉਹ ਵੀ ਮੈਂਸ਼ਨ ਕੀਤਾ ਹੋਇਆ ਔਰ ਨਾਲ ਜੋ ਕੁਆਲਿਟੀ ਆਫ ਗੋਲਡ ਹੈ ਜੀ ਉਹ ਵੀ ਟੈਗ ਇਹ 7.5 ਤੋਲੇ ਦੀ ਰੇਂਜ ਕੜਾ ਹੈ ਫਿਰ ਆਪਣੇ ਕੋਲ ਆਹ ਹੈ ਜੀ ਇਹ 5.5 ਤੋਲੇ ਦੀ ਰੇਂਜ ਵਿੱਚ ਹੈ ਠੀਕ ਹੈ ਜੀ ਇੱਕ ਆਹ ਡਿਜ਼ਾਈਨ ਹੈ ਉਹ ਸਾਰੇ ਕੜੇ ਜੋ ਹੈ ਇਹ ਆਪਣੇ ਕੋਲ ਕੰਫਰਟ ਫਿੱਟ ਨੇ ਜੀ ਕੰਫਰਟ ਫਿੱਟ ਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਕੜਾ ਕਈ ਵਾਰ ਬੰਦੇ ਪਾਉਂਦੇ ਆ ਤਾਂ ਉਹ ਮਤਲਬ ਤੁਹਾਨੂੰ ਹਰਟ ਨਾ ਕਰੇ ਈਜ਼ੀ ਟੂ ਵੀਅਰ ਈਜ਼ੀ ਟੂ ਟੇਕ ਆਊਟ ਔਰ ਸੋਲਿਡ ਬਣੇ ਹੋਏ ਨੇ ਔਰ ਆਲ ਦਾ ਟਾਈਮ ਮੇਰਾ ਖਿਆਲ ਇੱਕ ਵਾਰੀ ਬੰਦਾ ਸਾਡੇ ਕੋਲ ਆਊਗਾ ਔਰ ਮੈਂ ਵਾਅਦਾ ਕਰਦਾ ਵੀ ਉਹ ਬੰਦਾ ਪਾਸੇ ਨਹੀਂ ਜਾਊਗਾ ਸਾਡਾ ਜੋ ਟ੍ਰੀਟਮੈਂਟ ਆਫ ਕਸਟਮਰ ਹੈ ਨੋਟ ਐਜ਼ ਏ ਕਸਟਮਰ ਐਜ਼ ਏ ਕਲਾਇੰਟ ਸਾਨੂੰ ਐਜ਼ ਏ ਫੈਮਿਲੀ ਮੈਂਬਰ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੜੇ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨਸ ਵੀ ਹੈਗੇ ਆ ਸਾਈਜ਼ ਵੀ ਹੈਗੇ ਆ ਵੇਟ ਦੇ ਵਿੱਚ ਵੀ ਹੈਗੇ ਆ ਸੋ ਕੜਿਆਂ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਕਿੰਨੀ ਆਪਸ਼ਨਸ ਅਸੀਂ ਤੁਹਾਨੂੰ ਦਿਖਾਈ ਆ ਸਿਰਫ ਇਹ ਥੋੜ੍ਹੀ ਜਿਹੀ ਆਪਸ਼ਨ ਹੁੰਦੀ ਆ ਕੈਮਰੇ ਦੇ ਵਿੱਚ ਅਸੀਂ ਸਾਰਾ ਕੁਝ ਨਹੀਂ ਕੈਦ ਕਰ ਸਕਦੇ ਜੇ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣ ਲੱਗੀ ਤਾਂ ਮੈਨੂੰ ਲੱਗਦਾ ਮੈਨੂੰ ਕਾਫੀ ਸਮਾਂ ਲੱਗ ਜਾਣਾ ਆ ਐਪੀਸੋਡ ਸ਼ੂਟ ਕਰਨ ਨੂੰ ਸੋ ਇਹਦੇ ਨਾਲ ਥੋੜ੍ਹਾ ਜਿਹਾ ਕੜਿਆਂ ਦੇ ਨਾਲ ਗੱਲ ਕੀਤੀ ਆ ਹੁਣ ਜਿਵੇਂ ਮੈਂ ਗੱਲ ਕਰ ਰਹੀ ਸੀ ਵੀ ਵਿਆਹਾਂ ਲਈ ਵੀ ਕਿਸੇ ਨੇ ਅਟੈਂਡ ਕਰਨ ਜਾਣਾ ਜਾਂ ਕੁਛ ਆ ਪਿੱਛੇ ਤੁਹਾਡੇ ਬਹੁਤ ਸੋਹਣੇ ਸੋਹਣੇ ਸੈੱਟ ਹੈਗੇ ਆ ਮੇਰੀ ਨਾ ਨਜ਼ਰ ਆ ਇੱਕ ਸੈਕਿੰਡ ਨੰਬਰ ਦੇ ਉੱਪਰ ਨਾਲ ਦੇ ਸੈੱਟ ਤੇ ਆ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਜਦੋਂ ਵੀ ਆਉਣੇ ਹੋ ਤਾਂ ਮੇਰਾ ਖਿਆਲ ਕੋਈ ਨਾ ਕੁਛ ਨਵੀਂ ਦਰਸ਼ਕਾਂ ਨੂੰ ਦੇਖਾਉਣ ਨੂੰ ਮਿਲਦਾ ਮੈਨੂੰ ਨਵਾਂ ਬਿਲਕੁਲ ਡਿਜ਼ਾਈਨ ਲੱਗਿਆ ਮੈਂ ਬੈਠੀ ਬੈਠੀ ਮੇਰੀ ਅੱਖ ਗਈ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਕਿਆ ਬਾਤ ਹੈ ਨਹੀਂ ਇਹ ਵੀ ਨਵਾਂ ਬਿਲਕੁਲ ਹਾਂ ਔਰ ਇੱਕ ਮੈਂ ਗੱਲ ਹੋਰ ਐਡ ਕਰਦੇ ਹਾਂ ਸਾਡੇ ਜੋ ਦਰਸ਼ਕ ਸਾਨੂੰ ਦੂਰੋਂ ਦੇਖ ਰਹੇ ਆ ਆਈ ਥਿੰਕ ਤੁਹਾਡਾ ਜਿਹੜਾ ਚੈਨਲ ਹੈ ਪੂਰੇ ਕੈਨੇਡਾ ਵਿੱਚ ਹੀ ਪ੍ਰਸਾਰਿਤ ਹੋ ਰਿਹਾ ਅਸੀਂ ਤਾਂ ਵੱਧ ਮੁਲਕਾਂ 'ਚ ਸਰ ਦੇਖਦੇ ਹਾਂ ਅਸੀਂ ਤਾਂ ਵੱਧ ਮੁਲਕਾਂ 'ਚ ਲੋਕ ਤੁਹਾਨੂੰ ਦੇਖ ਰਹੇ ਨੇ ਸੁਣ ਵੈਰੀ ਗੁੱਡ ਵੈਰੀ ਥੈਂਕ ਯੂ ਔਰ ਸਾਡੀ ਜੋ ਡਿਲੀਵਰੀ ਹੈ ਆਲ ਓਵਰ ਕੈਨੇਡਾ ਦੇ ਵਿੱਚ ਜੇ ਤੁਸੀਂ ਕਿਤੇ ਵੈਨਕੂਵਰ ਹੋ ਐਲਬਰਟਾ ਹੋ ਜਾਂ ਕਿਤੇ ਨਿਊਫਾਊਂਡਲੈਂਡ ਹੋ ਕਿਸੇ ਵੀ ਮਤਲਬ ਪ੍ਰੋਵਿੰਸ ਦੇ ਵਿੱਚ ਹੈਗੇ ਹੋ ਤਾਂ ਸਾਡੀ ਜੋ ਡਿਲੀਵਰੀ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਆ ਤੁਸੀਂ ਸਾਨੂੰ ਵਟਸਐਪ ਕਰਨ ਦਾ ਨੰਬਰ ਹੈ ਜੀ 905-906-2424 ਡਿਜ਼ਾਈਨ ਸਲੈਕਟ ਕਰਨਾ ਸਾਨੂੰ ਤੁਸੀਂ ਪੇਮੈਂਟ ਕਰ ਦੇਣੀ ਆ ਅਸੀਂ ਤੁਹਾਨੂੰ ਕੈਨੇਡਾ ਪੋਸਟ ਦੇ ਜ਼ਰੀਏ ਉਹ ਚੀਜ਼ ਸ਼ਿਪ ਕਰਾਂਗੇ ਉਹਦਾ ਕੋਈ ਕੋਸਟ ਨਹੀਂ ਹੈ ਉਹ ਫ੍ਰੀ ਆਫ ਕੋਸਟ ਆ ਸ਼ਿਪਿੰਗ ਜਿੰਨੀ ਵੀ ਹੈ ਜੀ ਤੁਸੀਂ ਕੈਨੇਡਾ ਵਾਈਡ ਪੂਰੀ ਤੁਸੀਂ ਕਿਤੇ ਵੀ ਆਪਣੀ ਜਿਹੜੀ ਜਵੈਲਰੀ ਆ ਕੋਈ ਤੁਹਾਡੇ ਕਿਤੇ ਦੂਰ ਬੈਠੇ ਦੇਖ ਰਹੇ ਨੇ ਪ੍ਰੋਗਰਾਮ ਉਹਨਾਂ ਨੂੰ ਪਸੰਦ ਆ ਗਿਆ ਕੁਛ ਤਾਂ ਉਹ ਲੈ ਸਕਦੇ ਆ ਤਾਂ ਉਹਨਾਂ ਤੱਕ ਤੁਸੀਂ ਡਿਲੀਵਰੀ ਪੁੱਜਦੀ ਕਰ ਹਾਂਜੀ ਹਾਂਜੀ ਉਹ ਕੈਨੇਡਾ ਪੋਸਟ ਦੀ ਜਿੰਨੀ ਵੀ ਸਰਵਿਸ ਹੈ ਉਹ ਸਾਰੀ ਇੰਸ਼ੋਰਡ ਹੈ ਉਹ ਕੋਈ ਮਸਲਾ ਨਹੀਂ ਹੈ ਉਹ ਜੋ ਵੀ ਸਮਾਨ ਤੁਹਾਨੂੰ ਪਹੁੰਚੂਗਾ ਤੁਹਾਡੇ ਸਾਈਨ ਕਰਕੇ ਉਹ ਫਿਰ ਡਿਲੀਵਰ ਕਰਨਗੇ ਪੂਰੀ ਸਿਕਿਉਰਿਟੀ ਦੇ ਨਾਲ ਇਹ ਕੰਮ ਹੁੰਦਾ ਤਾਂ ਕੋਈ ਮਸਲਾ ਨਹੀਂ ਗਾ ਕੋਈ ਫਿਕਰ ਨਾ ਕਰੋ ਤੁਹਾਡੇ ਪੈਸੇ ਵੀ ਸਿਕਿਓਰ ਨੇ ਔਰ ਤੁਹਾਡਾ ਸਮਾਨ ਵੀ ਤੁਹਾਡਾ ਜਿਹੜਾ ਸਿਕਿਉਰਿਟੀ ਦੇ ਨਾਲ ਤੁਹਾਡੇ ਘਰੇ ਪਹੁੰਚੂਗਾ ਜੀ ਦਿਸ ਇਜ਼ ਮਾਈ ਪ੍ਰੋਮਿਸ ਟੂ ਯੂ ਬਾਤ ਹੈ ਸੋ ਅੱਜ ਕੁਛ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਨਾ ਸਿਰਫ ਡਿਜ਼ਾਈਨਸ ਬਲਕਿ ਨਵੀਆਂ ਗੱਲਾਂ ਵੀ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਅਤੇ ਤੁਸੀਂ ਸਾਨੂੰ ਕੁਛ ਸਾਡੇ ਵੀ ਮਾਈਂਡ 'ਚ ਚੀਜ਼ਾਂ ਆਉਂਦੀਆਂ ਨੇ ਹੈ ਨਾ ਜਦੋਂ ਤੁਸੀਂ ਕੁਛ ਇਹ ਜਿਹੀਆਂ ਗੱਲਾਂ ਕਰਦੇ ਹੋ ਤਾਂ ਕਿਤੇ ਨਾ ਕਿਤੇ ਨਾ ਸਿਰਫ ਦਰਸ਼ਕਾਂ ਤੱਕ ਸਾਨੂੰ ਵੀ ਉਹ ਚੀਜ਼ਾਂ ਤੋਂ ਕੁਛ ਸਿੱਖਿਆ ਜ਼ਰੂਰ ਮਿਲਦੀ ਆ ਜੋ ਭੈਣ ਜੀ ਇਸ ਵੇਲੇ ਸਾਡੇ ਹਾਲਾਤ ਇਸ ਕੰਟਰੀ ਦੇ
ਠੀਕ ਆ ਗੱਲ, ਅਸੀਂ ਇੱਕ ਦੂਜੇ ਦੀ ਸਪੋਰਟ ਬਣੀਏ। ਜੇ ਕੋਈ ਬੰਦਾ ਕੋਈ ਕੋਈ ਸਟੂਡੈਂਟ ਹੈ ਜਾਂ ਕੋਈ 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 ਵਰਕਰ ਹੈ ਜਾਂ ਕੋਈ ਕਹਿੰਦਾ ਭਾਵ ਕੋਈ ਜੋਬ ਕਰਦਾ ਹੈ, ਜੋਬ ਵਾਲੇ ਦਾ ਹੈ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਲੋਕਲ ਬਿਜ਼ਨਸ ਜੋ ਹੈ, ਫੋਰ ਐਗਜ਼ਾਮਪਲ ਕੋਈ ਬੁਟੀਕ ਹੋ ਗਈ, ਕੋਈ ਲੋਕਲ ਰੈਸਟੋਰੈਂਟ ਹੋ ਗਿਆ, ਕੋਈ ਜਿਵੇਂ ਸਾਡਾ ਕੰਮ ਸੋਨੇ ਦਾ ਕੰਮ ਹੋ ਗਿਆ, ਅਸੀਂ ਲੋਕਲ ਬਿਜ਼ਨਸ ਪ੍ਰਮੋਟ ਕਰੀਏ ਤਾਂ ਕਿ ਉਹਦੇ ਨਾਲ ਨਵੀਆਂ ਨਵੀਆਂ ਜੋਬਸ ਓਪਰਚੁਨਿਟੀਜ਼ ਪੈਦਾ ਹੋਣ, ਤਾਂ ਕਿ ਜੋ ਇਸ ਵੇਲੇ ਬੇਰੁਜ਼ਗਾਰੀ ਦੀ ਪ੍ਰੋਬਲਮ ਆਈ ਹੋਈ ਆ ਅਸੀਂ ਉਸ ਚੀਜ਼ ਨੂੰ ਸੋਲਟ ਆਊਟ ਕਰਨ ਦੀ ਕੋਸ਼ਿਸ਼ ਕਰੀਏ। ਔਰ ਅਸੀਂ ਵੀ ਚਾਹੁੰਦੇ ਹਾਂ ਵੀ ਜੋ ਅਸੀਂ ਰੀਬੈਕ ਕਰ ਸਕਦੇ ਹਾਂ ਇਸ ਕਮਿਊਨਿਟੀ ਨੂੰ ਬੀਂਗ ਏ ਪੰਜਾਬੀ, ਅਸੀਂ ਉਸ ਚੀਜ਼ ਦੀ ਮਿਸਾਲ ਕਾਇਮ ਕਰੀਏ ਵੀ ਅਸੀਂ ਜੇ ਅਸੀਂ ਕਿਸੇ ਵੀ ਕੰਟਰੀ ਵਿੱਚ ਹਾਂ ਅਸੀਂ ਆਪਦਾ ਪਿਛੋਕੜ ਨਹੀਂ ਭੁੱਲੇ, ਅਸੀਂ ਇੱਕ ਦੂਜੇ ਹੈਲਪ ਕਰਨਾ ਨਹੀਂ ਭੁੱਲੇ, ਅਸੀਂ ਇੱਕ ਦੂਜੇ ਨੂੰ ਸਵਾਰਨਾ ਨਹੀਂ ਭੁੱਲੇ, ਅਸੀਂ ਸਵਾਰੀਏ ਇਹ ਕੰਟਰੀ ਸਵਰਗ ਆ ਅਤੇ ਇਹਨੂੰ ਅਸੀਂ ਸਵਰਗ ਬਣਾਈਏ, ਇਸ ਚੀਜ਼ ਨੂੰ ਮੇਨਟੇਨ ਰੱਖੀਏ। ਸੋ ਮੈਂ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਵੀ ਅਸੀਂ ਮੈਂ ਕਹਾਣੀ ਪੜ੍ਹੀ ਸੀ ਉਹਦੇ ਵਿੱਚ, ਉਹ ਕਹਿੰਦੇ ਉਹਨੇ ਸਵਰਗ ਦੇ ਨੱਕ ਦੀ ਪਰਿਭਾਸ਼ਾ ਦੱਸੀ ਆ, ਉਹਦੇ ਬੰਦੇ ਇਕੱਠੇ ਬੈਠੇ ਸੀ ਬੜੇ ਦੁਬਲੇ ਪਤਲੇ, ਅਤੇ ਉਹ ਬੰਦੇ ਸਮਾਨ ਉਹਨਾਂ ਕੋਲ ਪੂਰਾ ਸੀ ਟੇਬਲ ਦੇ ਉੱਤੇ ਪਰ ਖਾ ਪੀ ਕੁਛ ਨਹੀਂ ਰਹੇ ਸੀ, ਕਾਰਨ ਕਿ ਉਹਨਾਂ ਕੋਲ ਚਮਚੇ ਬੜੇ ਵੱਡੇ ਵੱਡੇ ਸੀ, ਚਮਚੇ ਬੜੇ ਵੱਡੇ ਵੱਡੇ ਸੀ, ਜਦੋਂ ਪਹੁੰਚਦੇ ਪਹੁੰਚਦੇ ਉਹ ਸਮਾਨ ਡੁੱਲ ਜਾਂਦਾ ਸੀ ਮਤਲਬ ਚਮਚਿਆਂ ਦੇ ਨਾਲ, ਅਤੇ ਦੂਜੇ ਟੇਬਲ 'ਤੇ ਮੰਨ ਲਓ ਕੁਛ ਦੂਰ ਜਾ ਕੇ ਚਮਚੇ ਸੇਮ ਹੀ ਸੀ, ਬੰਦੇ ਵੀ ਸੇਮ ਹੀ ਸੀ, ਸਮਾਨ ਵੀ ਸੇਮ ਹੀ ਸੀ, ਪਰ ਉਹ ਬੜੇ ਹੱਟੇ ਕੱਟੇ ਸੀ। ਉਹਦਾ ਕਾਰਨ ਪਤਾ ਕੀ ਸੀ? ਉਹ ਲੰਬੇ ਲੰਬੇ ਚਮਚਿਆਂ ਨਾਲ ਇੱਕ ਦੂਜੇ ਦੇ ਮੂੰਹ 'ਚ ਪਾ ਰਹੇ ਸੀ, ਅਤੇ ਅਸੀਂ ਸਵਰਗ ਬਣਾਈਏ ਇੱਕ ਦੂਜੇ ਦੇ ਮੂੰਹ 'ਚ ਪਾਈਏ ਤਾਂ ਕਿ ਅਸੀਂ ਸਾਰੇ ਜਣੇ ਸਵਸਥ ਬਣੀਏ, ਸਾਰੇ ਜਣੇ ਚੰਗੇ ਬਣੀਏ, ਸਾਰੇ ਜਣੇ ਇਸ ਕਮਿਊਨਿਟੀ ਨੂੰ ਇਸ ਕੰਟਰੀ ਨੂੰ ਸਵਰਗ ਤੋਂ ਵੀ ਵਧੀਆ ਬਣਾ ਦਈਏ। ਬਹੁਤ ਸੁੰਦਰ ਕੰਟਰੀ ਆ ਇਹ, ਤਾਂ ਪਰਮਾਤਮਾ ਦੀ ਬੜੀ ਮਿਹਰ ਹੈ, ਸਾਰੇ ਮੌਸਮ ਇੱਥੇ ਹੈਗੇ ਆ, ਅਤੇ ਅਸੀਂ ਸਿਰਫ ਜੋ ਸਮਾਜ ਹੈ ਉਸਨੂੰ ਜਿੰਨਾ ਸਵਾਰ ਸਕਦੇ ਹਾਂ ਜਿੰਨਾ ਸੰਭਾਲ ਸਕਦੇ ਹਾਂ ਉਹਨਾਂ ਸੰਭਾਲਣ ਦੀ ਕੋਸ਼ਿਸ਼ ਕਰੀਏ। ਇਹ ਮੇਰਾ ਸੁਨੇਹਾ ਸਾਰੇ ਯੂਥ ਨੂੰ ਆ ਜੀ, ਸਾਰੇ ਤੁਸੀਂ ਸਾਡੇ ਬੱਚੇ ਹੋ, ਅਸੀਂ ਜਿਹੜੇ ਸਾਡੇ ਵਿਅਕਤੀ ਨੂੰ ਦੇਖ ਰਹੇ ਆ ਅਸੀਂ ਉਹਨਾਂ ਦੇ ਬੱਚੇ ਹਾਂ, ਜੇ ਕੋਈ ਚੰਗੀ ਚੀਜ਼ ਤੁਹਾਨੂੰ ਲੱਗਦੀ ਹੈਗੀ ਆ ਤਾਂ ਸਾਨੂੰ ਪਲੀਜ਼ ਐਪਰੀਸ਼ੀਏਟ ਲਾਜ਼ਮੀ ਕਰਿਆ ਕਰੋ। ਹਾਂਜੀ, ਗੂਗਲ ਦੇ ਉੱਤੇ ਰਿਵਿਊ ਦੇਣਾ ਨਾ ਭੁੱਲੋ। ਸੋ ਜਦੋਂ ਤੁਸੀਂ ਕੁਛ ਬਾਏ ਕਰਦੇ ਹੋ ਤੁਹਾਨੂੰ ਡੀਲ ਵੀ ਪਸੰਦ ਆਉਂਦੀ ਹੈ, ਤੁਹਾਨੂੰ ਗੱਲਬਾਤ ਵੀ ਪਸੰਦ ਆਉਂਦੀਆਂ ਨਾ, ਤਾਂ ਗੂਗਲ ਦੇ ਉੱਤੇ ਆ ਕੇ ਰਿਵਿਊ ਜ਼ਰੂਰ ਦਿਆ ਕਰੋ। ਸਮਾਂ ਅੱਗੇ ਆਪਣਾ ਲਗਭਗ ਇਜਾਜ਼ਤ ਲੈਣ ਵੱਲ ਨੂੰ ਵੱਧਦਾ, ਮੈਨੂੰ ਇੱਕ ਵਾਰੀ ਡੀਲਸ ਦੇ ਬਾਰੇ ਵਿੱਚ ਵੀ ਪਲੀਜ਼ ਜ਼ਰੂਰ ਦੱਸ। ਹਾਂਜੀ, ਡੀਲਸ ਭਾਅ ਜੀ ਸਾਡੇ ਕੋਲ ਹੁਣ ਜੋ ਦਿਵਾਲੀ ਤੱਕ ਆਪਣੀਆਂ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਉਹ 'ਚ ਡੀਲਸ ਜੋ ਹੈ ਬੇਟੇ ਨੇ ਪਹਿਲਾਂ ਤੁਹਾਨੂੰ ਦੱਸ ਦਿੱਤੀਆਂ, 25% ਔਫ ਹੈ ਜੀ ਆਪਣੀ ਜੋ ਗੋਲਡ ਜੁਵਲਰੀ ਹੈ। ਬਾਕੀ ਜਿਹੜਾ ਕੋਈ ਵੀ ਕਸਟਮਰ ਆਉਂਦਾ ਹੈ ਕੁਛ ਵੀ ਚੀਜ਼ ਪਰਚੇਜ਼ ਕਰਦਾ ਹੈ ਤਾਂ ਫੋਰ ਸ਼ੋਰ ਅਸੀਂ ਕੋਈ ਨਾ ਕੋਈ ਗਿਫਟ ਨੂੰ ਲਾਜ਼ਮੀ ਦੇਵਾਂਗੇ। ਉਸ ਤੋਂ ਬਿਨਾਂ ਮੈਂ ਇੱਕ ਚੀਜ਼ ਆਈ ਥਿੰਕ ਦੱਸਣਾ ਭੁੱਲ ਗਿਆ, ਅਸੀਂ ਦਿਵਾਲੀ ਨੂੰ ਇੱਕ ਲੱਕੀ ਡਰਾ ਵੀ ਕੱਢ ਰਹੇ ਹਾਂ। ਸੋ ਵਿਦ ਇਨ ਦੈਟ ਟਾਈਮ ਕੋਈ ਕਸਟਮਰ ਵੀ ਆਉਂਦਾ ਹੈ ਆਪਦਾ ਨਾਂ ਆਪਦਾ ਫੋਨ ਨੰਬਰ ਅਸੀਂ ਇੱਕ ਬੋਕਸ ਲਾਇਆ ਹੋਇਆ ਉਹ 'ਚ ਲਿਖ ਕੇ ਸਾਨੂੰ ਦੱਸ ਦਿਓ, ਉਹ ਤੋਂ ਮਗਰੋਂ ਅਸੀਂ ਦਿਵਾਲੀ ਵਾਲੇ ਦਿਨ ਉਹ ਡਰਾ ਕੱਢ ਰਹੇ ਹਾਂ ਜੀ। ਤਾਂ ਉਹਦੇ ਵਿੱਚ ਇੱਕ ਮੈਗਾ ਡਰਾ ਹੋਊਗਾ ਅਤੇ ਨਾਲ ਕੌਂਸਲੇਸ਼ਨ ਪ੍ਰਾਈਜ਼ ਹੋਣਗੇ। ਸੋ ਟਾਈਮਿੰਗ ਦੱਸ ਦਿਓ, ਲੋਕੇਸ਼ਨ ਦੱਸ ਦਿਓ ਅਤੇ ਕਦੋਂ ਤੱਕ ਆ ਕੇ ਅਸੀਂ ਵਿਜ਼ਿਟ ਕਰ ਸਕਦੇ। ਟਾਈਮਿੰਗ ਜੋ ਸਾਡੀ ਹੈ ਜੀ 11:30 ਤੋਂ 7:30 ਤੱਕ ਹੈ, ਕਿਉਂਕਿ ਮੌਸਮ ਥੋੜ੍ਹਾ ਜਿਹਾ ਚੇਂਜ ਹੋ ਗਿਆ, ਠੰਡ 'ਚ ਮਤਲਬ ਹਨੇਰਾ ਜਲਦੀ ਹੋ ਜਾਂਦਾ। ਪਹਿਲਾਂ ਸਾਡਾ ਟਾਈਮਿੰਗ 8 ਵਜੇ ਤੱਕ ਸੀ, ਹੁਣ 7:30 ਤੱਕ ਕਰਤਾ, ਬਟ ਬੈਟਰ ਆ ਜੇ ਤੁਸੀਂ ਸਰਵਿਸ ਪ੍ਰੋਪਰ ਲੈਣੀ ਹੈਗੀ ਆ ਤਾਂ ਬਿਫੋਰ 7 ਤੁਸੀਂ ਆ ਜਾਓ ਤਾਂ ਕਿ ਤੁਹਾਨੂੰ ਅਸੀਂ ਪ੍ਰੋਪਰ ਸਰਵ ਕਰ ਸਕੀਏ। ਬਟ ਜੋ ਡੀਲਿੰਗ ਹੈ ਇਟਸ ਨੋਟ ਅਬਾਊਟ ਕਿ ਅਸੀਂ ਵਨ ਟਾਈਮ ਕੋਈ ਚੀਜ਼ ਤੁਹਾਨੂੰ ਪਰਚੇਜ ਦੇਣੀ ਹੈ ਜਾਂ ਤੁਸੀਂ ਵਨ ਟਾਈਮ ਕੋਈ ਪਰਚੇਜ ਕਰਨੀ ਹੈ, ਆਲਵੇਜ਼ ਮਾਇੰਡ ਬਣਾ ਕੇ ਆਉਣਾ ਹੈ ਵੀ ਅਸੀਂ ਫੈਮਿਲੀ ਦੇ ਨਾਲ ਜੁੜਨਾ ਹੈ। ਆਲਵੇਜ਼ ਸਾਨੂੰ ਅਸੀਂ ਕੋਸ਼ਿਸ਼ ਕਰਾਂਗੇ ਜੋ ਬੈਸਟ ਆਫ ਆਵਰ ਡੀਲਸ ਹੈਗੀਆਂ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ। ਪ੍ਰਾਈਜ਼ ਬਹੁਤ ਰੀਜ਼ਨੇਬਲ ਨੇ, ਜੋ ਡਿਜ਼ਾਇਨਿੰਗ ਹੈ ਉਹ ਇੰਟਰਨੈਸ਼ਨਲ ਲੈਵਲ ਦੀ ਹੈ ਔਰ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ, ਨਾ ਹੋਇਆ ਔਰ ਨਾ ਹੋਵੇਗਾ। ਥੈਂਕ ਯੂ ਸੋ ਮਚ ਸਰ, ਸਾਨੂੰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਕੀਤਾ ਆ ਅਤੇ ਨਾਲ ਸਾਨੂੰ ਡੀਲਸ ਦੇ ਬਾਰੇ ਵਿੱਚ ਦੱਸਿਆ। ਹਮਦਰ ਟੀਵੀ ਦੇ ਦਰਸ਼ਕ ਇਹਨਾਂ ਡੀਲਸ ਦਾ ਫਾਇਦਾ ਜ਼ਰੂਰ ਚੁੱਕਣਗੇ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਵੈਰੀ ਮੱਚ ਜੀ। ਔਰ ਮੈਂ ਲਾਸਟ ਗੱਲ ਜੋ ਹੋਰ ਐਡ ਕਰਨੀ ਚਾਹੁੰਦਾ ਵੀ ਜੋ ਦਰਸ਼ਕ ਦੇਖ ਰਹੇ ਨੇ ਹਮਦਰਦ ਟੀਵੀ ਦੇ, ਤੁਹਾਡਾ ਹਵਾਲਾ ਲੈ ਕੇ ਤੁਹਾਡਾ ਨਾਮ ਲੈ ਕੇ ਜੇ ਕੋਈ ਬੰਦਾ ਆਉਂਦਾ ਹੈ ਤਾਂ ਉਹਨੂੰ ਸਪੈਸ਼ਲ ਅਸੀਂ ਡਿਸਕਾਊਂਟ ਦਿੰਦੇ। ਕੀ ਬਾਤ ਹੈ, ਮੈਂ ਵੈਸੇ ਪੁੱਛਿਆ ਨਹੀਂ ਸੀਗਾ, ਮੈਨੂੰ ਅਸੀਂ ਤੁਸੀਂ ਆਲਰੇਡੀ ਇੰਨਾ ਕਰ ਰਹੇ ਹੋ, 500 ਜੋ ਦੇ ਤੁਸੀਂ ਪਰਚੇਜ਼ ਵੀ ਕਰਦੇ ਹੋ ਤਾਂ ਵੀ ਕੋਈ ਸਰਪ੍ਰਾਈਜ਼ ਗਿਫਟ ਮਿਲ ਰਿਹਾ ਵੀ ਹਮਦਰਦ ਟੀਵੀ ਦੇ ਦਰਸ਼ਕਾਂ ਲਈ, ਮੈਂ ਹੋਰ ਕੀ ਮੰਗ ਸਕਦੀ ਹਾਂ, ਪਰ ਤੁਸੀਂ ਹੋਰ ਉੱਪਰ ਤੁਸੀਂ ਡਿਸਕਾਊਂਟ ਤੁਸੀਂ ਜਸਟ ਤੁਸੀਂ ਉਹਨਾਂ ਦਾ ਨਾਮ ਲੈਣਾ ਹੈ ਵੀ ਜੇ ਹਮਦਰਦ ਟੀਵੀ ਦਾ ਇਹ ਪ੍ਰੋਗਰਾਮ ਦੇਖ ਕੇ ਆਏ ਹਾਂ ਤਾਂ ਜੋ ਬੈਸਟ ਹੋਊਗਾ ਵੀ ਵਿਲ ਡੂ ਇਟ। ਔਰ ਫੋਰ ਸ਼ੋਰ ਜੋ ਅਸੀਂ ਮੈਂ ਆਲਵੇਜ਼ ਕਹਿੰਦਾ ਹੁੰਦਾ ਵੀ ਜੋ ਵਰਕਰਸ ਹੁੰਦੇ ਆ ਉਹ ਆਲਵੇਜ਼ ਇੱਕ ਜਿਹੜੀ ਕਹਿਣ ਦਾ ਭਾਵ ਵੀ ਔਰਗਨਾਈਜੇਸ਼ਨ ਹੈਗੀ ਆ ਉਹਦੇ ਪਹੀਏ ਹੁੰਦੇ ਆ, ਤਾਂ ਮੇਰਾ ਖਿਆਲ ਜੋ ਤੁਸੀਂ ਵੀ ਮੰਨ ਲਓ ਆਪਦੇ ਵੱਲ ਬੈਸਟ ਕਰ ਰਹੇ ਹੋ ਔਰ ਮੈਂ ਕੈਮਰੇ ਸਾਹਮਣੇ ਜੋ ਤੁਹਾਡੇ ਮੰਨ ਲਓ ਮੇਰੇ ਆਈ ਥਿੰਕ ਜੋ ਬੋਸ ਨੇ ਮੈਂ ਉਹਨਾਂ ਨੂੰ ਮਿਲਿਆ ਨਹੀਂ, ਬਟ ਸਰ ਤੁਸੀਂ ਸਰ ਮੇਰੀ ਗੱਲ ਨੋਟ ਰੱਖੋ, ਜੋ ਭੈਣ ਜੀ ਨੇ
ਸ਼ੀ ਇਜ਼ ਡੂਇੰਗ ਦ ਲੈਵਲ ਬੈਸਟ ਥੈਂਕ ਯੂ ਸੋ ਮਚ ਸਰ ਠੀਕ ਹੈ ਔਰ ਤੁਹਾਡਾ ਸੋ ਮੇਰੇ ਦਰਸ਼ਕਾਂ ਨੂੰ ਕਹਾਂਗੇ ਜ਼ਰੂਰ ਕਿ ਲਾਸਟ ਗੱਲ ਭੁੱਲਿਓ ਨਾ ਹਮਦਰਦ ਟੀਵੀ ਦਾ ਹਵਾਲਾ ਦੇਣਾ ਨਾ ਭੁੱਲਿਓ ਅਤੇ ਇੱਕ ਵਾਰੀ ਪਹੁੰਚੋ ਜ਼ਰੂਰ ਤੁਸੀਂ ਮਾਸਟਰ ਜਵੈਲਰਸ ਅਤੇ ਇੱਥੇ ਜਿਹੜੀਆਂ ਡੀਲਸ ਚੱਲ ਰਹੀਆਂ ਨੇ ਦਿਵਾਲੀ ਸਪੈਸ਼ਲ ਫੈਸਟਿਵ ਸਪੈਸ਼ਲ ਡੀਲ ਕਰਵਾ ਚੌਥ ਸਪੈਸ਼ਲ ਡੀਲ ਧਨਤੇਰਸ ਦੇ ਉੱਤੇ ਡੀਲ ਸੋ ਡੀਲ ਦੀ ਡੀਲ ਜੀ ਸਾਰੇ ਇੰਟਾਇਰ ਸ਼ੋਰੂਮ ਦੇ ਉੱਤੇ ਇਸ ਡੀਲ ਦਾ ਫਾਇਦਾ ਚੱਕੋ ਇਸ ਆਫ ਦਾ ਫਾਇਦਾ ਚੱਕੋ ਇਸ ਦੇ ਨਾਲ ਫਿਲਹਾਲ ਦਿਓ ਜੀ ਸਾਨੂੰ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ